ਗੁਰਾਂ ਦਾ ਇਸ ਰੂਪ ਜਾਣੋ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੂਈ ਦਵੈਤ ਦਾ ਨਹੀਂ ਪਾਇਆ ਹਰ ਇੱਕ ਵਾਸਤੇ ਹੈ ਸਰਤਾਜ ਬਾਣੀ ਤੰਨੇ ਵਾਂਗ ਜੇ ਰੱਖੀਏ ਸਿਦਕ ਪੂਰਾ ਧੰਨੇ ਵਾਂਗ ਜੇ ਰੱਖੀਏ ਸਿਦਕ ਪੂਰਾ ਧੰਨੇ ਵਾਂਗ ਸੁਵਰ ਦੀ ਕਾਜ ਬਾਣੀ ਮੋਹਨ ਸਿੰਘਾ ਉਸ ਕੌਮ ਨੂੰ ਖੁਸ਼ੀ ਕਿੰਨੀ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ ਤੇਰਾ ਇਕਬਾਲ ਪਿਆਰੇ ਰੋਸ਼ਨ ਹੈ ਜਗ ਵਿੱਚ ਸਾਰੇ ਮਿੱਠੀ ਤੇਰੇ ਨਾਮ ਦੀ ਫਹਾਰ ਸੋਭਾ ਤੇਰੀ ਅਪਾਰ ਅਪਾਰ ਰਹਿਮਤ ਦਾ ਮੀਂਹ ਬਰਸਾ ਦੇ ਪਲ ਭਰ ਜਲਵਾ ਦਿਖਲਾ ਦੇ ਚੜੇ ਜੈ ਖਮਾਰੀ ਭਰਪੂਰ ਚਰਨਾਂ ਚ ਰੱਖਣਾ ਹਜੂਰ ਚੱਲ ਆਈ ਦੂਰ ਤੋਂ ਲੈਵਣ ਲਈ ਲੋ ਨੂਰ ਤੋਂ ਜਨਮਾਂ ਦੀ ਲਾਓ ਸਿਆਹੀ ਚਮਕਾਂ ਵੱਧ ਕੋਹੇ ਨੂਰ ਤੋਂ ਜਖਮ ਖਦੇੜੇ ਭਰਦੈ ਖੁਸ਼ੀਆਂ ਨਾਲ ਖੇੜੇ ਭਰਦੈ ਲੋਚ ਦੀ ਵਰਾਗਣ ਪਿਆਰ ਸੋਭਾ ਤੇਰੀ ਅਪਾਰ ਅਪਾਰ ਅਕਲਾਂ ਦੀ ਲਾ ਦਿਓ ਚਾਬੀ ਚਾਨਣ ਹੋਏ ਵਾਂਗ ਮਤਾਬੀ ਰੋਸ਼ਨ ਦੀ ਮਾਗ ਕਰ ਦਿਓ ਖਿੜਜੇ ਜੋਂ ਹੁਲ ਗੁਲਾਬੀ ਮਹਿਕਾਂ ਨਾਲ ਭਰ ਦੋ ਵੇੜਾ ਜੀਵਨ ਤੇ ਆ ਜਾਏ ਖੇੜਾ ਚਾੜ ਦਿਓ ਬਾਣੀ ਦਾ ਸਰੂਰ ਚਰਨਾਂ ਚ ਰੱਖਣਾ ਹਜੂਰ ਭੁੱਲ ਕੇ ਤੇਰੀ ਪ੍ਰੇਮ ਕਹਾਣੀ ਮਾਨਸ ਹੋ ਗਿਆ ਅਭਿਮਾਨੀ ਮਾੜੇ ਨੂੰ ਮਾਲੀ ਆਖਦੇ ਮੂਰਖ ਨੂੰ ਕਹਿ ਗਿਆਨੀ ਸਾਰਾ ਕੁਝ ਪ੍ਰੀਤਮ ਤੇਰਾ ਚਾਨਣ ਦਿਨ ਰਾਤ ਹਨੇਰਾ ਸੋਹਣੇ ਤੇਰੇ ਚੋਜ ਕਰਤਾਰ ਸੋਭਾ ਤੇਰੀ ਅਪਾਰ ਅਪਾਰ ਗਾਉਂਦੀ ਹੈ ਲੱਖ ਚੁਰਾਸੀ ਨਿਰਭਉ ਤੂੰ ਸਦ ਅਪਣਾ ਅਰ ਬਾਹਤ ਜੀ ਬਾਹੋਂ ਸੋਭਾ ਲਿਖ ਗਾਏ ਨਜਾਸੀ ਧਰਤੀ ਵਿੱਚ ਹੀਰੇ ਪੰਨੇ ਕੋਟਾਂ ਗੁਣਵਾਨ ਸਵੰਨੇ
ਨੇੜੇ ਵਸੇ ਕਿਸੇ ਤੋਂ ਨਾ ਦੂਰ, ਚਰਨਾ ਚ ਰੱਖਣਾ ਹਜ਼ੂਰ। ਜਰਰੇ ਤੋਂ ਨਦੀਆਂ ਪਰਦੇ, ਰਾਈ ਤੋਂ ਪਰਬਤ ਕਰਦੇ, ਸ਼ਾਹਾਂ ਤੋਂ ਭੀਖ ਮੰਗਾ ਦੇ, ਕੰਗਲੇ ਨੂੰ ਸ਼ਾਦਾ ਵਰਦੇ, ਅਚਰਜ ਤੋਂ ਗੁਣੀ ਗਹੀਰਾ, ਕੋਲੇ ਨੂੰ ਕਰ ਦਿਓ ਹੀਰਾ, ਗਿਆਨ ਨਾਲ ਕਰੋ ਇਸ਼ਾਰਿਸ਼ਾਰ, ਸੋਭਾ ਤੇਰੀ ਅਪਾਰਾ ਅਪਾਰ। ਪ੍ਰੇਮ ਦੀ ਹਵਾ ਵਗਾ ਦੇ, ਦੁਬਦਾ ਨੂੰ ਦੂਰ ਭਜਾ ਦੇ, ਜਿਗਰਾ ਚੋਂ ਕੱਟਕ ਤੂਰਤ ਗਲਿਆਂ ਵਿੱਚ ਬਾਈ ਪਵਾ ਦੇ, ਨਫ਼ਰਤ ਨੂੰ ਲਾ ਦਿਓ ਖੂੰਜੇ, ਹਰ ਥਾਂ ਮੁਹੱਬਤ ਗੂੰਜੇ, ਦੌੜ ਜਾਵੇ ਦਿਲਾਂ ਚੋਂ ਗਰੂ, ਚਰਨਾਂ ਚ ਰੱਖਣਾ ਹਜ਼ੂਰ। ਓ ਤੂੰ ਹੀ ਤਰੀ ਅੰਬਰ ਰੱਚੇ, ਰਵ ਸੱਸ ਇੰਦਾ ਤੇਰੇ ਬੱਚੇ, ਪੁੱਜਦੇ ਥਲ ਬੱਠੀਆਂ ਵਾਂਗਰ, ਉੱਥੇ ਵੀ ਜੀਵਨ ਨੱਚੇ, ਤੇਰਾ ਪਸਾਰ ਨਿਆਰਾ, ਸਗਲੀ ਨੂੰ ਮੋਹਣ ਹਾਰਾ, ਹਰ ਪਾਸੇ ਚਿੰਮ ਦਾ ਖੁਮਾਰ, ਸੋਭਾ ਤੇਰੀ ਅਪਾਰਾ ਅਪਾਰ। ਪਰਬਤ ਖੁਲਿਆਰੇ, ਧਰਤੀ ਤੋਂ ਕਈ ਗੁਣਾ ਵੱਡੇ, ਗਗਨਾ ਵਿੱਚ ਚਮਕਣ ਤਾਰੇ, ਪੂਰੇ ਨਾਲ ਪਿਆਰ ਵੀ ਰੱਖੇ, ਸਭ ਮਾਂ ਦੀ ਸਾਰ ਵੀ ਰੱਖੇ, ਚੰਨਾ ਤੇਰਾ ਸੋਹਣਾ, ਚੰਨਾ ਤੇਰਾ ਸੋਹਣਾ ਦਸਤੂਰ, ਚਰਨਾਂ ਚ ਰੱਖਣਾ ਹਜ਼ੂਰ। ਓ ਆਪ ਦੀ ਰਹਿਮਤ ਕੇਰੀ, ਵਸੇ ਇਹ ਦੁਨੀਆ ਤੇਰੀ, ਐਟਮ ਦੀ ਹਵਾ ਨ ਸਾੜੇ, ਜਗਤ ਨੂੰ ਖਾਸ਼ ਹੈ ਮੇਰੀ, ਪੂਰਬ ਤੇ ਪੱਛਮ ਹੱਸੇ, ਉੱਤਰ ਤੇ ਦੱਖਣ ਵਸੇ, ਕੋਈ ਨਾ ਕਰ ਖੂਨ ਦਾ ਵਪਾਰ, ਸੋਭਾ ਤੇਰੀ ਅਪਾਰ ਅਪਾਰ। ਸੱਜ ਦਾ ਖੜਕਾ ਦਿਓ ਡੈਂਕਾ, ਹਿਰਦਿਆਂ ਕਿਉਂ ਕਰ ਦੇ ਸ਼ਿੰਕਾ, ਬਰਸੇ ਪਿਆ ਨੂਰ ਜਬਾਨੋ, ਤੇਰਾ ਜਸ ਗਾਵੇ ਬੈਂਕਾ, ਸੰਧੂਆਂ ਦੀ ਤਰਜ ਬਿਆਨੀ, ਮੱਖਣ ਸਿੰਘ ਨਾਲ ਗਿਆਨੀ, ਤੇਰੇ ਰੰਗੀ ਰਹੀਏ ਨੂਰ ਨੂਰ, ਚਰਨਾਂ ਚ ਰੱਖਣਾ ਹਜ਼ੂਰ। ਤੇਰਾ ਇਕਬਾਲ ਪਿਆਰੇ, ਰੋਸ਼ਨ ਹੈ ਜੱਗ ਵਿੱਚ ਸਾਰੇ, ਮਿੱਠੀ ਤੇਰੇ ਮਿੱਠੀ ਤੇਰੇ ਨਾਮ ਦੀ ਫਹਾਰ, ਸੋਭਾ ਤੇਰੀ ਅਪਾਰ ਅਪਾਰ। ਰਹਿਮਤ ਦਾ ਮੀਂਹ ਬਰਸਾ ਦੇ, ਪਲ ਪਰ ਜਲਵਾ ਦਿਖਲਾ ਦੇ, ਚੜੇ ਜੈ ਕੁਮਾਰੀ ਭਰਪੂਰ, ਚਰਨਾਂ ਚ ਰੱਖਣਾ ਹਜ਼ੂਰ। ਸੋਭਾ ਤੇਰੀ ਅਪਾਰ ਅਪਾਰ, ਚਰਨਾਂ ਚ
ਰੱਖਣਾ ਹਜੂਰ। ਬਹੁਤ ਹੀ ਸਤਿਕਾਰਯੋਗ ਨਗਰ ਬਸ਼ੇਸ਼ਰਪੁਰ ਅਤੇ ਇਲਾਕੇ ਦੀਆਂ ਸੰਗਤਾਂ ਰਲ ਕੇ ਤੁਸੀਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਔਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਗੁਰਮਤਿ ਸਮਾਗਮ ਰੱਖਿਆ ਹੋਇਆ ਔਰ ਸੱਚਾ ਪਾਤਸ਼ਾਹ ਤੁਹਾਡੇ ਦਿਲ ਦੀ ਆਸ ਮੁਰਾਦ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰੇ। ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ 30-30, 32-32 ਸਾਲ ਹੋ ਗਏ ਨੇ ਜੇਲ੍ਹਾਂ ਵਿੱਚ ਬੈਠਿਆਂ ਨੂੰ, ਗੁਰੂ ਨਾਨਕ ਪਾਤਸ਼ਾਹ ਰਹਿਮਤ ਕਰੇ ਉਹਨਾਂ ਸਾਰਿਆਂ ਨੂੰ ਰਿਹਾਈ ਮਿਲ ਜਾਵੇ ਅਤੇ ਉਹ ਆਪਣੇ ਘਰਾਂ ਵਿੱਚ ਆ ਜਾਣ। ਅਤੇ ਤੁਸੀਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰ ਰਹੇ ਹੋ ਔਰ ਸ਼ਹੀਦਾਂ ਦਾ ਹੱਥ ਹਮੇਸ਼ਾ ਹੀ ਤੁਹਾਡੇ ਸਿਰ 'ਤੇ ਰਹੇਗਾ। ਤੁਸੀਂ ਵਧਾਈ ਦੇ ਪਾਤਰ ਹੋ ਕੇ 2 ਦਿਨ 2 ਰੋਜ਼ਾ ਗੁਰਮਤਿ ਸਮਾਗਮ, ਕੱਲ੍ਹ ਵੀ ਸ਼ਾਮਾਂ ਦੀਆਂ ਹਾਜ਼ਰੀਆਂ ਤੁਸਾਂ ਨੇ ਭਰੀਆਂ ਨੇ, ਅੱਜ ਫਿਰ ਤੁਸੀਂ ਵੱਡੀ ਗਿਣਤੀ ਵਿੱਚ ਆ ਰਹੇ ਹੋ। ਮੈਂ ਪ੍ਰਬੰਧਕ ਕਮੇਟੀ ਵੱਲੋਂ ਅਤੇ ਆਪਣੇ ਜਥੇ ਵੱਲੋਂ ਬੇਨਤੀ ਕਰਾਂਗਾ, ਜਿਹੜੀ ਸੰਗਤ ਆ ਰਹੀ ਆ ਹਾਲ ਦੀ ਕੜੀ, ਜਦੋਂ ਅੱਗੇ ਜਗ੍ਹਾ ਹੈਗੀ ਆ ਤੁਸੀਂ ਅੱਗੇ ਆਣ ਕੇ ਸੰਗਤ ਦੇ ਨਾਲ ਲਾਗੇ ਹੋ ਕੇ ਬੈਠੋ, ਪਿੱਛੇ ਥਾਂ ਖਾਲੀ ਛੱਡ ਦਿਓ, ਜਿਹੜਾ ਲੇਟ ਆਏਗਾ ਉਹ ਜਾ ਕੇ ਪਿੱਛੇ ਬਹੇਗਾ ਅਤੇ ਜਿਹੜਾ ਸਭ ਤੋਂ ਪਹਿਲਾਂ ਆਇਆ ਹੋਵੇ ਉਹ ਵੀ ਜਾ ਕੇ ਪਿੱਛੇ ਬਵੇ, ਇਹ ਕੋਈ ਏਡੀ ਬਹੁਤ ਹੀ ਵਧੀਆ ਗੱਲ ਨਹੀਂ। ਸੋ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਈਏ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਪੁੱਤਰਾਂ ਦੇ ਦਾਨੀ, ਦੇਸ਼ ਦੇ ਦਰਦੀ, ਭਾਰਤ ਦੇ ਸੱਚੇ ਅਤੇ ਸੁੱਚੇ ਸਿਪਾਹੀ ਮਾਤਾ ਗੁਜਰੀ ਦੇ ਲਾਲ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੁਪੁੱਤਰ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਉਹਨਾਂ ਦੇ ਪੜਪੋਤਰੇ ਦਾ ਬਣਾਇਆ ਹੋਇਆ ਨਾਰਾ ਬੁਲੰਦ ਕਰੀਏ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ 6 ਅਕਤੂਬਰ 1708 ਨੂੰ ਦੱਖਣ ਨਦੇੜ ਹਜ਼ੂਰ ਸਾਹਿਬ ਦੀ ਧਰਤੀ, ਜਿਹੜਾ ਸਿੱਖ ਪੰਥ ਦਾ ਸਤਿਕਾਰਿਆ ਹੋਇਆ 5ਵਾਂ ਤਖ਼ਤ ਹੈ, ਉਸ ਤਖ਼ਤ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪ ਨਮਸਕਾਰ ਕਰਕੇ ਮੱਥਾ ਟੇਕ ਕੇ ਅਤੇ ਤੁਹਾਨੂੰ ਇੱਕ ਹੁਕਮ ਕੀਤਾ ਸੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਮਖਾਰ ਬਿੰਦ 'ਚੋਂ ਕਿਹਾ ਸੀ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ, ਸਿੱਖਾ ਤੇਰਾ ਸਿਰ ਅੱਜ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਸ਼ਬਦ ਗੁਰੂ ਤੋਂ ਬਿਨਾਂ ਹੋਰ ਕਿਤੇ ਝੁਕਣਾ ਨਹੀਂ ਚਾਹੀਦਾ। ਅੱਜ ਬਹੁਤ ਸਾਰੀਆਂ ਏਜੰਸੀਆਂ ਦਾ, ਬਹੁਤ ਸਾਰੀਆਂ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸਿੱਖ ਨੂੰ ਕਿਸੇ ਵੀ ਤਰੀਕੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ, ਸ਼ਬਦ ਗੁਰੂ ਨਾਲੋਂ ਤੋੜ ਕੇ ਅਤੇ ਆਪਣੇ ਨਾਲ ਜੋੜਿਆ ਜਾਵੇ। ਮੈਨੂੰ ਗੱਲ ਯਾਦ ਆ ਗਈ, ਇੱਕ ਰਾਹੀ ਤੁਰਿਆ ਜਾਂਦਾ ਸੀ, ਇੱਕ ਚਰਸਤਾ ਆ ਗਿਆ, ਉਹ ਇੱਕ ਚਰਸਤੇ ਵਿੱਚ ਖਲੋ ਗਿਆ, ਇੱਕ ਨੌਜਵਾਨ ਆਇਆ ਘੋੜ ਸਵਾਰ, ਉਹਦੇ ਕੋਲ ਤੀਰ ਕਮਾਨ ਅਤੇ ਤੀਰਾਂ ਦਾ ਪੱਥਾ ਸੀ। ਉਸ ਪਹਿਲੇ ਰਾਹੀ ਨੇ ਉਸ ਘੋੜ ਸਵਾਰ ਨੂੰ ਪੁੱਛਿਆ, ਮੈਂ ਫਲਾਣੇ ਪਿੰਡ ਨੂੰ ਜਾਣਾ, ਮੈਨੂੰ ਰਸਤਾ ਦੱਸ ਦੇ। ਉਹਨੇ ਉਸ ਚਰਸਤੇ ਵਿੱਚੋਂ ਇੱਕ ਪਾਸੇ ਉਹ ਆਇਆ ਸੀ, ਜਿਹੜੇ 3 ਰਸਤੇ ਜਾਂਦੇ ਸਨ ਉਹਨਾਂ ਵਿੱਚੋਂ ਇੱਕ ਰਸਤਾ ਦੱਸ ਦਿੱਤਾ ਕਿ ਭਾਊ ਜਿਸ ਪਿੰਡ ਨੂੰ ਤੂੰ ਜਾਣਾ ਉਹ ਆਹ ਰਸਤਾ ਜਾਂਦਾ ਹੈ। ਉਸ ਰਾਹੀ ਨੇ ਪੁੱਛਿਆ, ਨੌਜਵਾਨਾਂ ਬੜਾ ਕਾਹਲੇ ਕਦਮੀ ਜਾ ਰਿਹਾ ਹੈ, ਇਕੱਲਾ ਹੀ ਜਾ ਰਿਹਾ, ਤੇਰੇ ਕੋਲ ਤੀਰ ਕਮਾਨ ਅਤੇ ਤੀਰਾਂ ਦਾ ਪੱਥਾ ਕਿੱਧਰ ਚੱਲਿਆ? ਉਹਨੇ ਆਖਿਆ, ਲਾਗੇ ਜੰਗਲ ਹੈ, ਮੈਂ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਚੱਲਿਆ, ਜੇ ਨਹੀਂ ਯਕੀਨ ਤਾਂ ਕੁਝ ਘੜੀ ਭਾਲੇ ਇੱਥੇ ਬੈਠ, ਮੈਂ ਹੁਣੇ ਕਿਸੇ ਜਾਨਵਰ ਦਾ ਸ਼ਿਕਾਰ ਕਰਕੇ ਤੈਨੂੰ ਵਿਖਾਰ ਕੇ ਫਿਰ ਵਾਪਸ ਘਰ ਨੂੰ ਜਾਵਾਂਗਾ। ਰਾਹੀ ਉੱਥੇ ਖਲੋ ਗਿਆ, ਉਹਨੇ ਕੀ ਵੇਖਿਆ, ਕੁਝ ਸਮਾਂ ਬੀਤਿਆ, ਇੱਕ ਹੋਰ ਨੌਜਵਾਨ ਉਹ ਪੈਦਲ ਤੁਰਿਆ ਆ ਰਿਹਾ ਸੀ, ਉਹਦੇ ਕੋਲ ਢਾਲ ਅਤੇ ਤਲਵਾਰ ਸੀ।
ਇਸ ਰਾਹੀ ਨੇ ਉਹਨੂੰ ਵੀ ਬੁਲਾ ਲਿਆ, ਉਹਨੂੰ ਪੁੱਛਿਆ ਕਿ ਮੈਂ ਫਲਾਣੇ ਪਿੰਡ ਨੂੰ ਜਾਣਾ, ਮੈਨੂੰ ਰਸਤਾ ਦੱਸ ਦੇ। ਰਸਤਾ ਉਹਨੇ ਵੀ ਦੱਸ ਦਿੱਤਾ। ਇਹਨੇ ਉਹਨੂੰ ਵੀ ਇਹੀ ਸਵਾਲ ਕੀਤਾ, ਨੌਜਵਾਨਾਂ ਇਕੱਲਾ ਹੀ ਜਾ ਰਿਹਾ ਹੈ, ਤੇਰੇ ਕੋਲ ਢਾਲ ਅਤੇ ਤਲਵਾਰ ਹੈ, ਕਿੱਧਰ ਚੱਲਿਆ? ਉਹਨੇ ਆਖਿਆ ਲਾਗੇ ਜੰਗਲ ਆ, ਮੈਂ ਜੰਗਲ ਦੇ ਵਿੱਚ ਕਿਸੇ ਜਾਨਵਰ ਦਾ ਸ਼ਿਕਾਰ ਕਰਨ ਵਾਸਤੇ ਚੱਲਿਆ। ਜੇ ਨਹੀਂ ਯਕੀਨ ਤਾਂ ਘੜੀ ਪਾ ਲਈ ਇੱਥੇ ਬੈਠ, ਮੈਂ ਹੁਣੇ ਕਿਸੇ ਜਾਨਵਰ ਦਾ ਸ਼ਿਕਾਰ ਕਰਕੇ ਤੈਨੂੰ ਵਿਖਾਲ ਕੇ ਅਤੇ ਫੇਰ ਘਰ ਜਾਵਾਂਗਾ। ਉਹ ਰਾਹੀ ਖਲੋਤਾ ਰਿਹਾ, ਦੋ ਸ਼ਿਕਾਰੀ ਚਲੇ ਗਏ, ਇੱਕ ਤੀਸਰਾ ਨੌਜਵਾਨ ਆਇਆ, ਪੈਦਲ ਤੁਰਿਆ ਆ ਰਿਹਾ ਸੀ। ਇਹਦੇ ਕੋਲ ਹਥਿਆਰ ਕੋਈ ਨਹੀਂ ਸੀ, ਨਾ ਇਹਦੇ ਕੋਲ ਤੀਰ, ਨਾ ਤੀਰਾਂ ਦਾ ਪੱਥਾ, ਨਾ ਤਲਵਾਰ, ਨਾ ਢਾਲ। ਇਹਨੇ ਮੋਢੇ ਨਾਲ ਇੱਕ ਝੋਲਾ ਪਾਇਆ ਹੋਇਆ ਸੀ। ਇਸ ਰਾਹੀ ਨੇ ਇਹਨੂੰ ਵੀ ਪੁੱਛਿਆ, ਭਾਊ ਮੈਂ ਫਲਾਣੇ ਪਿੰਡ ਨੂੰ ਜਾਣਾ। ਉਹਨੇ ਰਸਤਾ ਦੱਸ ਦਿੱਤਾ। ਉਹਨੇ ਆਖਿਆ ਕਿੱਧਰ ਚੱਲਿਆ? ਉਹਨੇ ਆਖਿਆ ਲਾਗੇ ਜੰਗਲ ਆ, ਮੈਂ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਚੱਲਿਆ। ਉਹਨੇ ਆਖਿਆ ਤੇਰੇ ਤੋਂ ਪਹਿਲਾਂ ਦੋ ਬੰਦੇ ਆਏ, ਇੱਕ ਘੋੜੇ 'ਤੇ ਸਵਾਰ ਸੀ, ਉਹਦੇ ਕੋਲ ਤੀਰ ਕਮਾਨ ਅਤੇ ਤੀਰਾਂ ਦਾ ਪੱਥਾ ਸੀ। ਉਹਨੇ ਵੀ ਆਖਿਆ ਮੈਂ ਸ਼ਿਕਾਰ ਕਰਨ ਵਾਸਤੇ ਚੱਲਿਆ। ਮੈਂ ਯਕੀਨ ਕਰ ਲਿਆ ਕਿ ਤੀਰਾਂ ਦੀ ਮਦਦ ਨਾਲ, ਕਮਾਨ ਦੀ ਮਦਦ ਨਾਲ ਕਿਸੇ ਦਾ ਸ਼ਿਕਾਰ ਜ਼ਰੂਰ ਕਰ ਲਿਆਵੇਗਾ। ਉਹਨੇ ਆਖਿਆ ਫਿਰ ਇੱਕ ਪੈਦਲ ਲੰਘਿਆ, ਉਹਦੇ ਕੋਲ ਢਾਲ ਅਤੇ ਤਲਵਾਰ ਸੀ। ਉਹਨੇ ਵੀ ਆਖਿਆ ਮੈਂ ਸ਼ਿਕਾਰ ਕਰਨ ਵਾਸਤੇ ਚੱਲਿਆ। ਮੈਂ ਉੱਤੇ ਵੀ ਯਕੀਨ ਕਰ ਲਿਆ ਕਿ ਢਾਲ ਦੀ ਮਦਦ ਨਾਲ, ਤਲਵਾਰ ਦੀ ਮਦਦ ਨਾਲ ਕਿਸੇ ਦਾ ਸ਼ਿਕਾਰ ਕਰ ਲਿਆਵੇਗਾ। ਪਰ ਤੇਰੇ ਕੋਲ ਤਾਂ ਨੌਜਵਾਨਾਂ ਹਥਿਆਰ ਹੀ ਕੋਈ ਨਹੀਂ, ਤੂੰ ਸ਼ਿਕਾਰ ਕਿਹਦੇ ਨਾਲ ਕਰੇਗਾ? ਉਹਨੇ ਮੋਢੇ ਨਾਲ ਪਾਇਆ ਹੋਇਆ ਝੋਲਾ ਝਾੜ ਦਿੱਤਾ, ਉਹਦੇ ਵਿੱਚ ਜਾਲ ਸੀ। ਉਹਨੇ ਆਖਿਆ ਮੈਂ ਇਸ ਜਾਲ ਦੀ ਮਦਦ ਨਾਲ ਸ਼ਿਕਾਰ ਕਰਦਾ। ਉਹਨੇ ਆਖਿਆ ਮੇਰਾ ਕੰਮ ਹੈ ਮੱਛੀਆਂ ਨੂੰ ਫੜਨਾ, ਅਤੇ ਮੈਂ ਮੱਛੀਆਂ ਨੂੰ ਇਸ ਜਾਲ ਵਿੱਚ ਫਸਾ ਕੇ ਉਹਨਾਂ ਨੂੰ ਪਾਣੀ ਤੋਂ ਅਲੱਗ ਕਰ ਦੇਣਾ, ਅਤੇ ਮੌਤ ਉਹਨਾਂ ਦੀ ਆਪੇ ਹੋ ਜਾਂਦੀ ਹੈ, ਮੈਨੂੰ ਮਾਰਨੀਆਂ ਨਹੀਂ ਪੈਂਦੀਆਂ। ਇਸੇ ਤਰ੍ਹਾਂ ਅੱਜ ਵੀ ਬਹੁਤ ਥਾਵਾਂ 'ਤੇ, ਤੁਹਾਡੇ ਪੰਜਾਬ ਵਿੱਚ ਖਾਸ ਕਰਕੇ, ਐਸੇ ਡੇਰੇ ਬਣਾ ਦਿੱਤੇ ਨੇ, ਐਸੇ ਜਾਲ ਵਿਛਾ ਦਿੱਤੇ ਨੇ ਉਹਨਾਂ ਲੋਕਾਂ ਨੇ, ਉਸ ਜਾਲ ਵਿੱਚ ਭੁੱਲੜ ਸਿੱਖਾਂ ਨੂੰ ਪਸਾ ਪਸਾ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਉਹ ਆਪਣੇ ਨਾਲ ਜੋੜੀ ਜਾ ਰਹੇ ਨੇ। ਮੈਂ ਹਰ ਸਟੇਜ 'ਤੇ ਗੱਲ ਜ਼ਰੂਰ ਕਹਿੰਦਾ ਹੁੰਦਾ, ਜਿੱਥੇ ਵੀ ਜਾਂਦੇ ਹੋ ਖਾਸ ਕਰਕੇ ਦੋ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ। ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, ਜਿਸ ਡੇਰੇ ਵਿੱਚ ਤੁਹਾਡੀ ਕੌਮ ਦਾ ਨਿਸ਼ਾਨ ਸਾਹਿਬ ਨਾ ਝੂਲਦਾ ਹੋਵੇ, ਸਿੱਖਾ ਉੱਥੇ ਜਾਣਾ ਤੇਰੀ ਵੱਡੀ ਗਲਤੀ ਆ, ਵੱਡੀ ਮਨਮਤ ਆ। ਕਿਆਸ ਉਹ ਕਰ ਲੈਣ ਜਿਹੜੇ ਜਾਂਦੇ ਨੇ ਕਿ ਜਿੱਥੇ ਨਿਸ਼ਾਨ ਸਾਹਿਬ ਹੈ ਨਹੀਂ, ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਨਹੀਂ, ਫਿਰ ਉੱਥੇ ਮੱਥਾ ਕਿਹਨੂੰ ਟੇਕਣ ਜਾਂਦੇ ਨੇ? ਆਓ ਸਭ ਤੋਂ ਪਹਿਲਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਮੰਨੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਹ ਚੁਕਾਓ, ਦੋ ਵਾਰੀ ਵਾਹਿਗੁਰੂ ਦਾ ਸਿਮਰਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਕਿ ਕਿਸੇ ਸੂਰ ਬੀਰ ਬਹਾਦਰ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਕਿਉਂਕਿ ਤੁਸੀਂ ਸੂਰਮਿਆਂ ਦਾ ਦਿਹਾੜਾ ਮਨਾ ਰਹੇ ਹੋ। ਜਿਹੜੇ ਬੰਦੀ ਸਿੰਘ ਨੇ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ, ਉਹਨਾਂ ਨੇ ਦੇਸ਼ ਦੀ ਖਾਤਰ, ਧਰਮ ਦੀ ਖਾਤਰ, ਅਣਖ ਦੀ ਖਾਤਰ ਕੁਝ ਕਰਕੇ ਵਿਖਾਇਆ ਹੋਇਆ, ਅਤੇ ਤਾਂ ਉਹ ਇਸ ਵੇਲੇ ਜੇਲ੍ਹਾਂ ਵਿੱਚ ਬੰਦ ਨੇ। ਅਤੇ ਦੂਸਰਾ, ਤੁਸੀਂ ਦਿਹਾੜਾ ਮਨਾ ਰਹੇ ਹੋ ਸ਼ਹੀਦਾਂ ਦਾ, ਅਤੇ ਮੈਂ ਕਿਸੇ ਸੂਰ ਬੀਰ ਸ਼ਹੀਦ ਦਾ, ਕਿਸੇ ਸੂਰਮੇ ਸ਼ਹੀਦ ਦਾ, ਕਿਸੇ ਬਹਾਦਰ ਸ਼ਹੀਦ ਦਾ ਇਤਿਹਾਸ ਤੁਹਾਡੇ ਨਾਲ ਰਹਿੰਦੇ ਸਮੇਂ ਵਿੱਚ ਸਾਂਝਾ ਕਰਾਂਗਾ। ਮੈਨੂੰ ਸਵਾ ਘੰਟਾ ਲਗਭਗ ਸਮਾਂ ਅਨਾਊਂਸ ਕੀਤਾ ਹੈ ਭਾਈ ਪਰਮਜੀਤ ਸਿੰਘ ਜੀ ਹੋੜਾ ਨੇ, ਮੈਂ ਅਤਿ ਧੰਨਵਾਦੀ ਹਾਂ ਸਾਰੀ ਪ੍ਰਬੰਧਕ ਕਮੇਟੀ ਦਾ, ਔਰ ਕੋਸ਼ਿਸ਼ ਕਰਾਂਗਾ ਇਸ ਸਵਾ ਘੰਟੇ ਵਿੱਚੋਂ ਇੱਕ ਦੋ ਮਿੰਟ ਜ਼ਰੂਰ ਛੱਡਦਾ ਹੋਇਆ ਇਸ ਲੜੀ ਨੂੰ ਸ਼ੁਰੂ ਕਰਕੇ ਉਸ ਲੜੀ ਨੂੰ ਨੇਪਰੇ ਚਾੜਨ ਦਾ ਯਤਨ ਜ਼ਰੂਰ ਕਰਾਂਗਾ। ਬਾਂਗਰ ਦੇ ਇਲਾਕੇ ਵਿੱਚ ਇੱਕ ਸ਼ੀਹਾਂ ਨਗਰ ਸੀ। ਆਮ ਦੁਨੀਆ ਨਹੀਂ ਸੀ ਜਾਣਦੀ ਕਿ ਸ਼ੀਹਾਂ ਨਗਰ ਦੁਨੀਆ ਦੇ ਤਖਤੇ 'ਤੇ ਐਡਾ ਮਸ਼ਹੂਰ ਹੋ ਜਾਏਗਾ।
ਇਸ ਸ਼ੀਹਾ ਨਗਰ ਵਿੱਚ ਪੈਦਾ ਹੋਇਆ ਸਰਦਾਰ ਈਸ਼ਰ ਸਿੰਘ। ਸਰਦਾਰ ਈਸ਼ਰ ਸਿੰਘ ਨਿਸ਼ਾਨਾ ਵਾਲੀ ਮਿਸਲ ਦਾ ਬੜਾ ਜ਼ਿੰਮੇਵਾਰ ਸਿਪਾਹੀ ਸੀ। ਜਿਸ ਵੇਲੇ ਅਬਦਾਲੀ ਨੇ ਵੱਡਾ ਘੱਲੂ ਘਾਰਾ ਕੀਤਾ 5 ਫਰਵਰੀ 1762 ਨੂੰ, ਤੁਹਾਡੇ ਵੱਡੇ ਜਿਹੜੇ ਸਨ, ਤੁਹਾਡੇ ਬਜ਼ੁਰਗ ਜਿਹੜੇ ਸਨ, ਇੱਕੇ ਦਿਨ ਵਿੱਚ ਅਬਦਾਲੀ ਨੇ 35,000 ਦੇ ਕਰੀਬ ਮਾਈ ਭਾਈ ਸ਼ਹੀਦ ਕਰ ਦਿੱਤਾ। ਸਿੱਖ ਸਰਦਾਰ ਜਿਹਦੇ ਵਿੱਚ ਛੋਟੇ ਛੋਟੇ ਬੱਚੇ ਸਾਡੀਆਂ ਮਾਤਾਵਾਂ, 35,000 ਦੇ ਕਰੀਬ ਅਬਦਾਲੀ ਨੇ ਇੱਕੇ ਦਿਨ ਵਿੱਚ ਸ਼ਹੀਦ ਕਰ ਦਿੱਤਾ। ਜਿਹੜੀ ਕੌਮ ਦਾ 35,000 ਬੰਦਾ ਇੱਕ ਦਿਨ ਮਾਰਿਆ ਗਿਆ ਹੋਵੇ, ਉਹ ਕਈ ਸਾਲ ਦੁਬਾਰਾ ਆਪਣੇ ਪੈਰਾਂ 'ਤੇ ਨਹੀਂ ਆ ਸਕਦੀ। ਪਰ ਤੁਹਾਡੇ ਵੱਡਿਆਂ ਦੀਆਂ ਬਾਹਾਂ ਵਿੱਚ ਇੰਨਾ ਬਲ ਸੀ, ਇਹਨਾਂ ਨੇ ਠੀਕ 8 ਮਹੀਨੇ ਬਾਅਦ 5 ਫਰਵਰੀ 1762 ਨੂੰ ਵੱਡਾ ਘੱਲੂ ਘਾਰਾ ਹੋਇਆ ਅਤੇ ਅਕਤੂਬਰ ਦੇ ਮਹੀਨੇ ਵਿੱਚ 1762 ਨੂੰ ਤੁਹਾਡੇ ਵੱਡਿਆਂ ਨੇ ਅਬਦਾਲੀ ਦੀਆਂ ਗੋਡੀਆਂ ਲਵਾ ਦਿੱਤੀਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਔਰ ਹਾਰ ਮੰਨ ਕੇ ਅਬਦਾਲੀ ਇੱਥੋਂ ਗਿਆ। ਇਸ ਜੰਗ ਵਿੱਚ ਫਟੜ ਹੋਇਆ ਸਰਦਾਰ ਈਸ਼ਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ। ਇਹਦੇ ਸਿਪਾਹੀ ਚੋਕੇ ਨੂੰ ਪਿੰਡ ਲੈ ਆਏ, ਇਹਨੇ ਵੇਖਿਆ ਕਿ ਸਿਹਤ ਠੀਕ ਨਹੀਂ ਹੋਈ ਜਾਪਦੀ। ਇਹਨੇ ਆਪਣੇ ਪਿੰਡ ਦੇ ਜ਼ਿੰਮੇਵਾਰ ਸੱਜਣਾਂ ਨੂੰ ਸੱਦ ਕੇ, ਪਿੰਡ ਦੀ ਪੰਚਾਇਤ ਨੂੰ ਸੱਦ ਕੇ ਆਖਿਆ, ਪਿੰਡ ਵਾਲੇ ਸੱਜਣੋ, ਜੇ ਮੈਂ ਇਸ ਦੁਨੀਆ 'ਤੇ ਨਾ ਰਿਹਾ, ਜਦੋਂ ਮੇਰੀ ਅੰਤਮ ਅਰਦਾਸ ਹੋਏਗੀ, ਮੇਰੇ ਦੁਸਹਿਰੇ ਮੌਕੇ ਕੌਮ ਦੇ ਜਥੇਦਾਰ ਆਉਣਗੇ। ਆ ਮੇਰੇ ਦੋ ਪੁੱਤਰ ਨੇ, ਇੱਕ ਦਾ ਨਾਂ ਹੈ ਫੂਲਾ ਸਿੰਘ ਜੀ ਦੀ ਉਮਰ ਹੈ ਲਗਭਗ 11 ਸਾਲ ਦੀ, ਦੂਸਰਾ ਹੈ ਸੰਤਾ ਸਿੰਘ। ਇਹਨਾਂ ਵਿੱਚੋਂ ਵੱਡੇ ਪੁੱਤਰ ਫੂਲਾ ਸਿੰਘ ਦੀ ਬਾਂਹ ਮੇਰੀ ਕੌਮ ਦੇ ਜਥੇਦਾਰਾਂ ਦੇ ਹੱਥ ਫੜਾ ਦਿਓ। ਕਹਿ ਦਿਓ ਕਿ ਸਰਦਾਰ ਈਸ਼ਰ ਸਿੰਘ ਕਹਿ ਕੇ ਗਿਆ ਸੀ ਕਿ ਮੇਰੇ ਪੁੱਤਰ ਨੂੰ ਦੇਸ਼ ਕੌਮ ਪੰਥ ਦੀ ਸੇਵਾ ਵਿੱਚ ਲਾ ਦਿਆ ਜੀ। ਉਹੀ ਗੱਲ ਹੋਈ, ਭਾਣਾ ਵਾਪਰ ਗਿਆ, ਸਰਦਾਰ ਈਸ਼ਰ ਸਿੰਘ ਚੜ੍ਹਾਈ ਕਰ ਗਿਆ। ਇਹਦੀ ਅੰਤਮ ਅਰਦਾਸ ਮੌਕੇ, ਦੁਸਹਿਰੇ ਮੌਕੇ ਕੌਮ ਦੇ ਜਥੇਦਾਰ ਆਏ। ਕੌਮ ਦੇ ਜਥੇਦਾਰਾਂ ਨੇ ਆਪੋ ਆਪਣੇ ਭਾਸ਼ਣ ਦਿੱਤੇ, ਤਕਰੀਰ ਦਿੱਤੀ, ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ 'ਤੇ ਵਾਰੀ ਆਈ ਜਥੇਦਾਰ ਨਰਾਇਣ ਸਿੰਘ ਸਾਹਿਬ ਦੀ। ਜਥੇਦਾਰ ਨਰਾਇਣ ਸਿੰਘ ਸ਼ਰਧਾ ਦੇ ਫੁੱਲ ਭੇਟ ਕਰਕੇ ਬੈਠ ਗਿਆ। ਪਿੰਡ ਦੇ ਪਤਵੰਤੇ ਸੱਜਣਾਂ ਨੇ ਇਕੱਠੇ ਹੋ ਕੇ ਆਖਿਆ, ਜਥੇਦਾਰ ਨਰਾਇਣ ਸਿੰਘ ਜੀ, ਆ 11 ਕੁ ਸਾਲ ਦਾ ਇਸ ਪੁੱਤਰ ਫੂਲਾ ਸਿੰਘ ਸਰਦਾਰ ਈਸ਼ਰ ਸਿੰਘ ਦਾ ਬੇਟਾ, ਅਤੇ ਸਰਦਾਰ ਈਸ਼ਰ ਸਿੰਘ ਸਾਨੂੰ ਕਹਿ ਗਿਆ ਸੀ ਕਿ ਮੇਰੇ ਪੁੱਤਰ ਫੂਲਾ ਸਿੰਘ ਦੀ ਬਾਂਹ ਮੇਰੀ ਕੌਮ ਦੇ ਜਥੇਦਾਰਾਂ ਦੇ ਹੱਥ ਫੜਾ ਦਿਓ, ਇਹਨੂੰ ਦੇਸ਼ ਦੀ, ਕੌਮ ਦੀ, ਪੰਥ ਦੀ ਸੇਵਾ ਵਿੱਚ ਲਾ ਦਿਆ ਜੀ। ਫੂਲਾ ਸਿੰਘ ਸਾਹਿਬ ਨੂੰ ਨਾਲ ਲੈ ਕੇ ਜਥੇਦਾਰ ਨਰਾਇਣ ਸਿੰਘ ਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੇਵਾਵਾਂ ਕਰਦਾ ਸੀ ਫੂਲਾ ਸਿੰਘ। 12 ਕੁ ਸਾਲ ਦੀ ਉਮਰ ਹੋਈ, 5 ਬਾਣੀਆਂ ਨਿਤਨੇਮ ਦੀਆਂ ਜ਼ਬਾਨੀ ਯਾਦ ਕਰ ਗਿਆ ਫੂਲਾ ਸਿੰਘ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਬਾਣੀ ਪੜ੍ਹਿਆ ਕਰਦਾ ਸੀ। ਕੁਝ ਸਮਾਂ ਇੱਥੇ ਸੇਵਾਵਾਂ ਕੀਤੀਆਂ, ਇਹਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਕੌਮ ਨੇ ਇਹਦੀ ਬਦਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਕਰ ਦਿੱਤੀ। ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸੇਵਾ ਕਰਨ ਲੱਗ ਗਿਆ। ਕੀ ਵੇਖਿਆ ਜਵਾਨ ਫੂਲਾ ਸਿੰਘ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਸਹੀ ਤਰੀਕੇ ਨਾਲ ਨਹੀਂ ਸੀ ਚੱਲ ਰਹੀ। ਇਹਨੇ ਸਾਰੇ ਸਿੱਖਾਂ ਨੂੰ ਕਹਿ ਕੇ, ਸਾਰੇ ਸੂਰਮਿਆਂ ਨੂੰ ਕਹਿ ਕੇ, ਸਾਰੇ ਬਹਾਦਰਾਂ ਨੂੰ ਕਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਲੀਹ 'ਤੇ ਲੈ ਆਉਂਦੀ। ਇਹਦੀ ਸੇਵਾ ਵੱਲ ਵੇਖ ਕੇ ਫਿਰ ਕੌਮ ਨੇ ਇੱਕ ਵੱਡਾ ਇਕੱਠ ਕਰਕੇ ਇਸ ਫੂਲਾ ਸਿੰਘ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ, ਇੱਥੋਂ ਦਾ ਸੇਵਾਦਾਰ ਥਾਪ ਦਿੱਤਾ। ਕੌਮ ਦਾ ਬਾਦਸ਼ਾਹ ਸੀ ਉਸ ਵੇਲੇ ਸਰਦਾਰ ਰਣਜੀਤ ਸਿੰਘ। ਸਰਦਾਰ ਰਣਜੀਤ ਸਿੰਘ ਨੇ ਜਥੇਦਾਰ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਦੋਵੇਂ ਹੱਥ ਜੋੜ ਕੇ ਅੱਗੇ ਖਲੋ ਗਿਆ। ਅਕਾਲੀ ਫੂਲਾ ਸਿੰਘ ਸਾਹਿਬ ਦੇ ਕੌਮ ਦਾ ਬਾਦਸ਼ਾਹ, ਅਕਾਲੀ ਫੂਲਾ ਸਿੰਘ ਸਾਹਿਬ ਨੇ, ਸਰਦਾਰ ਰਣਜੀਤ ਸਿੰਘ ਨੇ, ਹਰੀ ਸਿੰਘ ਨਲੂਏ ਅਤੇ ਸ਼ਾਮ ਸਿੰਘ ਅਟਾਰੀ ਵਾਲਿਆਂ ਨੇ
ਇਹ ਸਿੱਖ ਰਾਜ ਦੇ ਚਾਰ ਥੰਮ ਗਿਣੇ ਗਏ ਸਨ। ਇਹਨਾਂ ਨੇ ਸਿੱਖ ਰਾਜ ਵਿੱਚ ਬਹੁਤ ਸਾਰਾ ਇਲਾਕਾ ਜਿੱਤ ਜਿੱਤ ਕੇ ਅਤੇ ਸ਼ਾਮਿਲ ਕਰ ਲਿਆ, ਸਿੱਖ ਰਾਜ ਬਹੁਤ ਵੱਡਾ ਕਰ ਲਿਆ। ਇੱਧਰ ਮੁਹੰਮਦ ਅਜ਼ੀਮ ਖਾਨ ਨੂੰ ਆਇਆ ਗੁੱਸਾ ਕਿ ਉਹ ਉਹਦੇ ਭਰਾ ਜਿਹੜੇ ਸੀ ਉਹ ਸਿੱਖਾਂ ਕੋਲੋਂ ਜੰਗਾਂ ਹਾਰਦੇ ਗਏ, ਸਿੱਖ ਉਹਦੇ ਇਲਾਕੇ ਮਲਦੇ ਗਏ। ਮੁਹੰਮਦ ਅਜ਼ੀਮ ਖਾਨ ਨੇ ਸੋਚਿਆ ਕਿ ਸਿੱਖਾਂ ਨਾਲ ਹੁਣ ਇੱਕ ਆਖਰੀ ਟੱਕਰ ਲਈ ਜਾਏਗੀ, ਇਸ ਤੋਂ ਬਾਅਦ ਜਾਂਦੇ ਪੰਜਾਬ ਦੀ ਧਰਤੀ 'ਤੇ ਹੈਦਰੀ ਝੰਡਾ ਝੂਲੇਗਾ ਜਾਂ ਫਿਰ ਪੰਜਾਬ ਦੀ ਧਰਤੀ 'ਤੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਰਹੇਗਾ। ਮੁਹੰਮਦ ਅਜ਼ੀਮ ਖਾਨ ਨੇ ਬਹੁਤ ਵੱਡੀ ਗਿਣਤੀ ਵਿੱਚ 45,000 ਫੌਜਾਂ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ, ਬਹੁਤ ਸਾਰਾ ਤੋਪਖਾਨਾ ਲੈ ਕੇ, ਗੋਲੀ ਸਿੱਕਾ ਬਰੂਦ ਲੈ ਕੇ ਤਿਆਰੀ ਕਰ ਲਈ। ਅਤੇ ਇਹਨੇ ਸੋਚਿਆ ਅਟਕ ਦੇ ਕੰਢੇ 'ਤੇ ਨਸ਼ਹਿਰੇ ਦਾ ਮੈਦਾਨ ਚੁਣਿਆ ਜਾਵੇਗਾ, ਨਸ਼ਹਿਰੇ ਦੇ ਮੈਦਾਨ ਵਿੱਚ ਸਿੱਖਾਂ ਨਾਲ ਇੱਕ ਆਖਰੀ ਜੰਗ ਲੜੀ ਜਾਏਗੀ। ਇਹਦੀ ਤਿਆਰੀ ਹੁੰਦੀ ਵੇਖੀ ਇੱਕ ਸਿੱਖ ਨੇ ਭਜਾਇਆ ਘੋੜਾ, ਆ ਗਿਆ ਲਾਹੌਰ ਦੀ ਧਰਤੀ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਖਲੋ ਕੇ ਆਖਿਆ, ਕੌਮ ਦੇ ਬਾਦਸ਼ਾਹ ਮੁਹੰਮਦ ਅਜ਼ੀਮ ਖਾਂ ਬੜੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਤਿਆਰ ਹੋ ਗਿਆ, ਉਹਨਾਂ ਨੇ ਨਸ਼ਹਿਰੇ ਦਾ ਮੈਦਾਨ ਚੁਣ ਲਿਆ। ਉਹ ਕਹਿੰਦਾ ਸਿੱਖਾਂ ਦੇ ਨਾਲ ਇੱਕ ਆਖਰੀ ਟੱਕਰ ਲਈ ਜਾਵੇਗੀ। ਆਏ ਹੋਏ ਸਿੱਖ ਨੇ ਸ਼ੇਰੇ ਪੰਜਾਬ ਦੇ ਸਾਹਮਣੇ ਕੀ ਆਖਿਆ, ਆਖਿਆ ਅਟਕੋਂ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਮਿਲੀ ਰਿਪੋਰਟ ਕੋਟ ਦੇ ਅੰਦਰ ਸੋਚਦਾਰੀ ਦਲ ਆਇਆ, ਜੋ ਕਾਬਲ ਦਾ ਪੱਗ ਬਨ ਗਿਲ ਜਾ ਸ਼ਸਤਰ ਲੈ ਕੇ ਥਾਇਆ। ਅਟਕ ਮਾਰ ਕਸ਼ਮੀਰ ਮਾਰਨਾ ਕੀਤਾ ਉਹਨਾਂ ਤੋਹੀਓ, ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਮਿਲੀ ਰਿਪੋਰਟ ਕੋਟ ਦੇ ਅੰਦਰ ਸੋਚਦਾਰੀ ਦਲ ਆਇਆ, ਜੋ ਕਾਬਲ ਦਾ ਪੱਗ ਬਨ ਗਿਲ ਜਾ ਸ਼ਸਤਰ ਲੈ ਕੇ ਥਾਇਆ। ਅਟਕ ਮਾਰ ਕਸ਼ਮੀਰ ਮਾਰਨਾ ਕੀਤਾ ਉਹਨਾਂ ਤਹੀਓ, ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਉਹ ਘੋੜੇ ਅਰਬੀ ਅਤੇ ਇਰਾਕੀ ਤੇ ਅਮਰੀਕਨ ਹਾਥੀ, ਜਮਦਰ ਨੇ ਜੇ ਤੀਰ ਤਮਾਚੇ ਜੰਗ ਦੇ ਜਾਪਣ ਸਾਥੀ। ਮਾਂ ਕੋਲੋਂ ਪੁੱਤ ਖੁਸ਼ੀ ਨਾ ਤੁਰਿਆ, ਭੈਣ ਕੋਲੋਂ ਹਰ ਪਈਆ, ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਠਾਕ ਪਈ ਪਰਬਤ ਦੇ ਸੀਨੇ, ਠਾਕ ਪਈ ਪਰਬਤ ਦੇ ਸੀਨੇ, ਸੁਣੇ ਉਹਨਾਂ ਦੇ ਹਾੜੇ, ਬਸਤਰ ਪਾਏ ਫਲਾਦੀ ਭਾਰੇ ਸਵਰਣ ਮੰਡਨ ਹਾਰੇ। ਰਣ ਵਿੱਚ ਰਾਸ ਰਚਾਉਣ ਨੂੰ ਫਿਰਦੋ, ਰਣ ਵਿੱਚ ਰਾਸ ਰਚਾਉਣ ਨੂੰ ਫਿਰਦਾ ਹਰ ਮੋਮਨ ਮਨ ਚਈਆ, ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਉਹ ਲੁੱਟਣ ਪੁੱਟਣ ਪਿੰਡ ਉਜਾੜਨਾ, ਕੁੱਟਣ ਜਨਤਾ ਤਾਈ ਬਨ ਮਟਿਆਰਾ, ਨਰਕਤ ਲਾਏ ਮਾਪੇ ਮਾਰਨ ਤਾਹੀ। ਸਿੱਖ ਰਾਜ ਦੀ ਸ਼ੁੱਧ ਗੱਡੀ ਦਾ ਤੋੜਨ ਚਾਹੁੰਦੇ ਪਈਆ, ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਉਹ ਚੜਿਆ ਖੂਨ ਕਾਲ ਦੇ ਅੱਖੀ, ਮਾਤ ਪੰਜੇਬ ਸਵਾਰੇ ਭਰ ਭਰ ਲਊ ਦੇ ਖੱਪਰ ਪੀਣੇ, ਹੋਣੀ ਰਵਜਾ ਮਾਰੇ ਮਾਤ ਨਾਲ ਗਲਵਕੜੀ ਪਾਵੇ ਸੀ ਮਾਰਦ ਟਲਕਈਆ, ਅਟਕੋ ਪਾ
ਦੇ ਆ ਜੁੜਿਆ ਮਲਖੀਆਂ ਓ ਯਾਰ ਮੁਹੰਮਦ ਤੋੜ ਜਰੰਗਰੀਆਂ ਯਾਰ ਮੁਹੰਮਦ ਤੋੜ ਜਰਾਨੇ ਰਲ ਗਿਆ ਨਾਲ ਭਰਾਵਾਂ ਕਹਿਣ ਸਿਆਣੇ ਠੀਕ ਆਉਂਦੀਆਂ ਭੱਜੀਆਂ ਗਲ ਨੂੰ ਬਾਵਾਂ ਆਖਰ ਨੂੰ ਹੋ ਜਾਣ ਇਕੱਠੇ ਆਖਰ ਨੂੰ ਹੋ ਜਾਣ ਇਕੱਠੇ ਜਣੇ ਹੋ ਇੱਕ ਮਈਆ ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖੀਆਂ ਉਹ ਹੁਣ ਸਰਦਾਰ ਵਿਚਾਰ ਧਾਰ ਕੇ ਕਹੇ ਆਪਾਂ ਕੀ ਕਰਨਾ ਜਲਦੀ ਆਪਾਂ ਫਰਮਾ ਬੈਂਕੀਆ ਢਿੱਲ ਕਰੇ ਨਹੀਂ ਸਰਨਾ ਸਦਾ ਸਲਾਤ ਮਰਦ ਦੀ ਕਰਦਾ ਲਾਲ ਸਰੂਪ ਗਵਈਆ ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖੀਆਂ ਆਏ ਹੋਏ ਸਿੱਖ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆ ਕੇ ਇਹ ਰਿਪੋਰਟ ਦੇ ਦਿੱਤੀ ਕਿ ਸ਼ੇਰੇ ਪੰਜਾਬ ਅਟਕ ਤੋਂ ਪਾਰ ਬਹੁਤ ਤਗੜਾ ਮਲਖਈਆ ਆਣ ਲੱਥਾ ਏ ਉਹ ਸਿੱਖਾਂ ਦੇ ਨਾਲ ਇੱਕ ਆਖਰੀ ਜੰਗ ਲੜਨ ਦੀ ਤਿਆਰੀ ਕਰੀ ਬੈਠੇ ਨੇ ਉਹ ਕਹਿੰਦੇ ਅੱਜ ਤੋਂ ਅੱਗੇ ਜਾਂ ਪੰਜਾਬ ਦੀ ਧਰਤੀ 'ਤੇ ਕੇਸਰੀ ਨਿਸ਼ਾਨ ਸਾਹਿਬ ਝੂਲੇਗਾ ਜਾਂ ਫਿਰ ਪੰਜਾਬ ਦੀ ਧਰਤੀ 'ਤੇ ਹੈਦਰੀ ਝੰਡੇ ਝੂਲਦੇ ਨਜ਼ਰ ਆਉਣਗੇ ਗੱਲ ਸੁਣਦਿਆਂ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵੇਲੇ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਆਖਿਆ ਸ਼ੇਰ ਸਿੰਘ ਜੀ ਤੁਸੀਂ ਫੌਜਾਂ ਲੈ ਕੇ ਅਟਕ ਦੇ ਕੰਢੇ ਵਾਲੇ ਪਾਸੇ ਨੂੰ ਚਲੇ ਚੱਲੋ ਉਸੇ ਵੇਲੇ ਦੀਵਾਨ ਕਿਰਪਾ ਰਾਮ ਨੂੰ ਆਵਾਜ਼ ਮਾਰ ਕੇ ਆਖਿਆ ਦੀਵਾਨ ਕਿਰਪਾ ਰਾਮ ਜੀ ਆਪਣੇ ਫੌਜੀ ਸਿਪਾਹੀਆਂ ਨੂੰ ਨਾਲ ਲੈ ਕੇ ਬਹੁਤ ਜਲਦੀ ਨਾਲ ਅਟਕ ਦੇ ਕੰਢੇ 'ਤੇ ਪਹੁੰਚਣਾ ਹੋਏਗਾ ਇੱਧਰ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਨੂੰ ਸੁਨੇਹਾ ਭੇਜਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਜੀ ਤੁਸੀਂ ਆਪਣਾ ਫੌਜੀ ਦਸਤਾ ਲੈ ਕੇ ਆਪਣੇ ਫੌਜੀ ਸਿਪਾਹੀਆਂ ਨੂੰ ਲੈ ਕੇ ਆਪਣੇ ਬਹਾਦਰਾਂ ਨੂੰ ਲੈ ਕੇ ਅਟਕ ਦੇ ਕੰਢੇ 'ਤੇ ਪਹੁੰਚਣਾ ਹੋਏਗਾ ਉੱਥੇ ਤੁਹਾਨੂੰ ਸਾਡਾ ਪੁੱਤਰ ਸ਼ੇਰ ਸਿੰਘ ਅਤੇ ਦੀਵਾਨ ਕਿਰਪਾ ਰਾਮ ਮਿਲਣਗੇ ਤੁਸੀਂ ਅਟਕ ਦੇ ਉੱਪਰ ਦੀ ਬੇੜੀਆਂ ਦਾ ਪੁਲ ਬਣਾ ਕੇ ਜਹਾਂਗੀਰੇ ਦੇ ਕਿਲੇ 'ਤੇ ਜਾ ਕੇ ਕਾਬਜ਼ ਹੋਣਾ ਹੋਏਗਾ ਹਰੀ ਸਿੰਘ ਨਲੂਆ ਪਹੁੰਚ ਗਿਆ ਅਟਕ ਦੇ ਕੰਢੇ 'ਤੇ ਇੱਧਰੋਂ ਸ਼ੇਰ ਸਿੰਘ ਅਤੇ ਦੀਵਾਨ ਕਿਰਪਾ ਰਾਮ ਪਹੁੰਚ ਗਏ ਇਹਨਾਂ ਨੇ ਬੇੜੀਆਂ ਦਾ ਬਣਾਇਆ ਪੁਲ 'ਤੇ ਅਟਕ ਨੂੰ ਪਾਰ ਕੀਤਾ ਜਹਾਂਗੀਰੇ ਦੇ ਕਿਲੇ 'ਤੇ ਜਾ ਕੇ ਕਬਜ਼ਾ ਕਰ ਲਿਆ ਗੁਰੂ ਕੇ ਖਾਲਸੇ ਨੇ ਹਰੀ ਸਿੰਘ ਨਲੂਆ ਬੈਠਾ ਸੀ ਇਸ ਕਿਲੇ ਵਿੱਚ ਮੁਹੰਮਦ ਅਜ਼ੀਮ ਖਾਨ ਨੂੰ ਪਤਾ ਲੱਗਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਅਤੇ ਹਰੀ ਸਿੰਘ ਨਲੂਆ ਦੀਵਾਨ ਕਿਰਪਾ ਰਾਮ ਜਹਾਂਗੀਰੇ ਦੇ ਕਿਲੇ ਵਿੱਚ ਆ ਗਏ ਨੇ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਸੀ ਉਹ ਜਹਾਂਗੀਰੇ ਦੇ ਕਿਲੇ ਵਾਲੇ ਪਾਸੇ ਨੂੰ ਤੋਰ ਦਿੱਤੀਆਂ ਬਾਹਰੋਂ ਵੈਰੀ ਤੋਪਾਂ ਦੇ ਫਾਇਰ ਕਰਦਾ ਸੀ ਅੱਗੋਂ ਜਵਾਬੀ ਫਾਇਰਿੰਗ ਹਰੀ ਸਿੰਘ ਨਲੂਆ ਸ਼ੇਰ ਸਿੰਘ ਦੀਵਾਨ ਕਿਰਪਾ ਰਾਮ ਕਰਦੇ ਸਨ ਹਰੀ ਸਿੰਘ ਨਲੂਆ ਸੋਚ ਗਿਆ ਕਿ ਬਾਹਰ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਕਰਕੇ ਇਸ ਕਿਲੇ ਵਿੱਚ ਸਾਡਾ ਕਾਬਜ਼ ਰਹਿਣਾ ਬਹੁਤਾ ਚਿਰ ਬੜਾ ਮੁਸ਼ਕਲ ਹੋ ਜਾਏਗਾ ਉਸੇ ਵੇਲੇ ਹਰੀ ਸਿੰਘ ਨਲੂਏ ਨੇ ਇੱਕ ਖਤ ਲਿਖਿਆ ਇੱਕ ਚਿੱਠੀ ਲਿਖ ਕੇ ਆਪਣਾ ਇੱਕ ਖਾਸ ਬੰਦਾ ਭੇਜਿਆ ਆਖਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਚਿੱਠੀ ਤੁਸਾਂ ਨੇ ਜਾ ਕੇ ਦੇਣੀ ਹੋਏਗੀ ਨਾਲ ਉਹਨਾਂ ਨੂੰ ਸੁਨੇਹਾ ਦੇਣਾ ਹੋਏਗਾ
ਕਿ ਜੇ ਬਹੁਤ ਜਲਦੀ ਨਾਲ ਹੋਰ ਫੌਜਾਂ ਤੇ ਤੋਪਖਾਨਾ ਨਾ ਪਹੁੰਚਿਆ ਫਿਰ ਜਹਾਂਗੀਰੇ ਦੇ ਕਿਲੇ ਤੇ ਵੈਰੀ ਦਾ ਕਬਜ਼ਾ ਹੋ ਸਕਦਾ ਹੈ। ਲੇਕਿਨ ਇਹ ਚਿੱਠੀ ਹੋਰ ਕਿਸੇ ਨੂੰ ਨਹੀਂ ਫੜਾਉਣੀ। ਜਾਣਦਾ ਸੀ ਹਰੀ ਸਿੰਘ ਨਲੂਆ ਕਿ ਜੇ ਕਿਤੇ ਚਿੱਠੀ ਧਿਆਨ ਸਿੰਘ ਡੋਗਰੇ ਦੇ, ਗੁਲਾਬ ਸਿੰਘ ਡੋਗਰੇ ਦੇ, ਹੀਰਾ ਸਿੰਘ ਡੋਗਰੇ ਦੇ, ਕਿਸੇ ਵੀ ਡੋਗਰੇ ਦੇ ਹੱਥ ਵਿੱਚ ਆ ਗਈ, ਉਹਨਾਂ ਨੇ ਚਿੱਠੀ ਸ਼ੇਰੇ ਪੰਜਾਬ ਨੂੰ ਨਹੀਂ ਪਹੁੰਚਾਉਣੀ, ਕਿਉਂਕਿ ਉਹ ਚਾਹੁੰਦੇ ਸਨ ਕਿ ਹਰੀ ਸਿੰਘ ਨਲੂਆ ਕਿਸੇ ਪਾਸੇ ਲੱਗ ਜਾਵੇ। ਆਏ ਹੋਏ ਸਿੱਖ ਨੇ ਚਿੱਠੀ ਲਿਆ ਕੇ ਸ਼ੇਰੇ ਪੰਜਾਬ ਦੇ ਹੱਥ ਵਿੱਚ ਫੜਾ ਦਿੱਤੀ। ਜਦੋਂ ਸ਼ੇਰੇ ਪੰਜਾਬ ਨੇ ਚਿੱਠੀ ਪੜ੍ਹੀ, ਹਰੀ ਸਿੰਘ ਨਲੂਏ ਵੱਲੋਂ ਲਿਖਿਆ ਹੋਇਆ ਖਤ ਪੜ੍ਹਿਆ, ਉਸੇ ਵੇਲੇ ਦੇਸਾ ਸਿੰਘ ਮਜੀਠੀਆ ਨੂੰ ਆਵਾਜ਼ ਮਾਰ ਕੇ ਸ਼ੇਰੇ ਪੰਜਾਬ ਨੇ ਆਖਿਆ, ਦੇਸਾ ਸਿੰਘ ਜੀ ਆਪਣੀਆਂ ਲੈ ਕੇ ਫੌਜਾਂ ਅਟਕ ਵਾਲੇ ਪਾਸੇ ਨੂੰ ਬਹੁਤ ਜਲਦੀ ਨਾਲ ਚਾਲਾ ਪਾਉਣਾ ਹੋਏਗਾ। ਉਸੇ ਵੇਲੇ ਫਤਿਹ ਸਿੰਘ ਆਲੂ ਵਾਲੀਏ ਨੂੰ ਆਵਾਜ਼ ਮਾਰੀ ਕਿ ਆਪਣਾ ਫੌਜੀ ਦਸਤਾ ਲੈ ਕੇ ਤੁਸਾਂ ਨੇ ਵੀ ਅਟਕ ਦੇ ਕੰਢੇ 'ਤੇ ਬਹੁਤ ਜਲਦੀ ਨਾਲ ਪਹੁੰਚਣਾ ਹੋਏਗਾ। ਰਤਨ ਸਿੰਘ ਗਰਜਾਠੀਆ ਨੂੰ ਆਖਿਆ, ਤੁਸੀਂ ਆਪਣੀਆਂ ਫੌਜਾਂ ਲੈ ਕੇ ਅਟਕ ਦੇ ਕੰਢੇ 'ਤੇ ਬਹੁਤ ਜਲਦੀ ਨਾਲ ਪਹੁੰਚਣਾ ਹੋਏਗਾ। ਇਹਨਾਂ ਤਿੰਨਾਂ ਜਰਨੈਲਾਂ ਨੂੰ ਦੇ ਕੇ ਹੁਕਮ, ਕੌਮ ਦਾ ਬਾਦਸ਼ਾਹ ਆਪ ਹੋਇਆ ਘੋੜੇ 'ਤੇ ਸਵਾਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਆ ਗਿਆ। ਇਹ ਤਿੰਨੇ ਜਰਨੈਲ ਆਪੋ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ, ਆਪਣੀਆਂ ਫੌਜਾਂ ਨੂੰ ਨਾਲ ਲੈ ਕੇ, ਜੰਗੀ ਅਸਲਾ ਨਾਲ ਲੈ ਕੇ ਅਟਕ ਦੇ ਕੰਢੇ ਨੂੰ ਚਲੇ ਗਏ। ਸ਼ੇਰੇ ਪੰਜਾਬ ਆਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਨਮਸਕਾਰ ਕੀਤੀ ਅਤੇ ਮੱਥਾ ਟੇਕਿਆ। ਫਿਰ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਦੋਵੇਂ ਹੱਥ ਜੋੜ ਕੇ ਕਹਿੰਦਾ, ਅਕਾਲੀ ਜੀ, ਅੱਜ ਤੁਹਾਡੀ ਕੌਮ ਨੂੰ ਤੁਹਾਡੀ ਲੋੜ ਪੈ ਗਈ ਹੈ। ਬਹੁਤ ਵੱਡੀ ਗਿਣਤੀ ਵਿੱਚ ਮੁਹੰਮਦ ਅਜ਼ੀਮ ਖਾਂ ਫੌਜਾਂ ਲਈ ਕੇ ਆ ਗਿਆ। ਜੇ ਇਸ ਜੰਗ ਦੀ ਅਗਵਾਈ ਕੌਮ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਅਕਾਲੀ ਫੂਲਾ ਸਿੰਘ ਅੱਗੇ ਹੋ ਕੇ ਕਰੇਗਾ, ਇਹ ਜੰਗ ਤਾਂ ਜਿੱਤੀ ਜਾ ਸਕਦੀ ਹੈ। ਉਸੇ ਵੇਲੇ ਅਕਾਲੀ ਫੂਲਾ ਸਿੰਘ ਸਾਹਿਬ ਦੇ ਕੋਲ 1500 ਸਿਪਾਹੀ ਸੀ, ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ, 800 ਘੋੜ ਸਵਾਰ, 700 ਪੈਦਲ ਸਿਪਾਹੀ ਨੂੰ ਨਾਲ ਲੈ ਕੇ ਕੌਮ ਦਾ ਜਥੇਦਾਰ ਆਪਣੇ ਘੋੜੇ 'ਤੇ ਸਵਾਰ ਹੋਇਆ, ਅੱਗੇ ਘੋੜਾ ਲਾਇਆ ਅਤੇ ਤੁਰ ਪਿਆ ਅਟਕ ਵਾਲੇ ਪਾਸੇ ਨੂੰ। ਪਿੱਛੇ ਉਸੇ ਵੇਲੇ ਸਰਦਾਰ ਰਣਜੀਤ ਸਿੰਘ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਤੁਰਿਆ, ਅਟਕ ਦੇ ਕੰਢੇ 'ਤੇ ਪਹੁੰਚ ਗਏ। ਇਹਨਾਂ ਨੇ ਕੀ ਵੇਖਿਆ ਕਿ ਅਟਕ ਦਾ ਪਾਣੀ ਬਹੁਤ ਤੇਜ਼ ਵਗ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਸੀ ਕਿ ਬੇੜੀਆਂ ਦਾ ਪੁਲ ਬਣਾ ਕੇ ਅਟਕ ਨੂੰ ਪਾਰ ਕੀਤਾ ਜਾਵੇ। ਜਿਹੜਾ ਪਹਿਲਾ ਬਣਿਆ ਹੋਇਆ ਬੇੜੀਆਂ ਦਾ ਪੁਲ ਸੀ ਉਹ ਮੁਹੰਮਦ ਅਜ਼ੀਮ ਖਾਂ ਦੀਆਂ ਫੌਜਾਂ ਨੇ ਤੋੜ ਦਿੱਤਾ ਸੀ, ਪਰ ਇੱਧਰ ਜਹਾਂਗੀਰੇ ਦੇ ਕਿਲੇ ਵਿੱਚ ਪੈਂਦੇ ਹੋਏ ਤੋਪਾਂ ਦੇ ਗੋਲਿਆਂ ਦਾ ਖੜਾਕ ਮਹਾਰਾਜਾ ਰਣਜੀਤ ਸਿੰਘ ਦੇ ਕੰਨਾਂ ਵਿੱਚ ਸੁਣਾਈ ਦਿੰਦਾ ਸੀ। ਇਹਨੇ ਸੋਚਿਆ ਕਿ ਜੇ ਬੇੜੀਆਂ ਦਾ ਪੁਲ ਬਣਾਉਣ ਡੈ ਪਏ ਸਮਾਂ ਕਾਫੀ ਲੱਗ ਜਾਏਗਾ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕਦਮ ਪੁੱਟਿਆ ਅਤੇ ਅਟਕ ਦਰਿਆ ਦੇ ਵਿੱਚ ਕਦਮ ਰੱਖਣ ਲੱਗਾ। ਕਹਿੰਦੇ ਅਟਕ ਵਿੱਚੋਂ ਆਵਾਜ਼ ਆਈ, ਸਰਦਾਰ ਰਣਜੀਤ ਸਿੰਘ ਵੇਖੀ ਕਿਤੇ ਗਲਤੀ ਨਾ ਕਰ ਲਈ, ਮੈਨੂੰ ਲੋਕ ਅਟਕ ਕਹਿੰਦੇ ਨੇ, ਅੱਜ ਤੱਕ ਜਿੰਨੇ ਇੱਕ ਕਦਮ ਮੇਰੇ ਵਿੱਚ ਰੱਖਿਆ ਹੈ ਮੈਂ ਦੂਸਰਾ ਕਦਮ ਕਦੇ ਰੱਖਣ ਨਹੀਂ ਦਿੱਤਾ, ਮੇਰੇ ਪਾਣੀ ਦਾ ਵਹਾਓ ਐਡਾ ਤੇਜ਼ ਹੈ ਕਿ ਉਹ ਰੋੜ ਕੇ ਲੈ ਜਾਂਦਾ ਹੈ। ਇਸ ਵਾਸਤੇ ਸਰਦਾਰ ਰਣਜੀਤ ਸਿੰਘ ਸੋਚ ਕੇ ਸਦਮ ਸਮਝ ਕੇ ਫਿਰ ਕਦਮ ਧਰੀ। ਸਰਦਾਰ ਰਣਜੀਤ ਸਿੰਘ ਗੁੱਸੇ ਵਿੱਚ ਆ ਗਿਆ, ਉਹਨੇ ਆਖਿਆ, ਉਹ ਅਟਕਾ ਤੇਰਾ ਵਾਹ ਅੱਗੇ ਕੱਚਿਆਂ ਨਾਲ ਪੈਂਦਾ ਰਿਹਾ ਹੋਏਗਾ, ਮੈਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤਰ ਆ, ਤੇਰੀ ਛਾਤੀ ਦੇ ਕਦਮ ਰੱਖ ਕੇ ਔਰ ਤੈਨੂੰ ਪਾਰ ਕਰਕੇ ਜੰਗ ਧਰਮ ਦੀ ਲੜ ਕੇ ਜਿੱਤ ਕੇ ਫੇਰ ਵਾਪਸ ਮੁੜਾਂਗਾ। ਵੇਗ ਧਰਤੀ ਦਾ ਟਿਕਿਆ
ਨਹੀਂ ਹਿੱਲ ਸਕਦਾ, ਟਿਕਿਆ ਹੋਇਆ ਹਮਾਲਾ ਵੀ ਹਿੱਲ ਸਕਦਾ। ਕਾਢ ਕੱਢ ਲਈ ਅੱਜ ਦੇ ਸਾਇੰਸਦਾਨਾਂ, ਮੋਏ ਬੰਦੇ ਤਾਂ ਹੀ ਮਿਲ ਦਿਲ ਸਕਦਾ। ਉਹ ਮਾਲੀ ਬੋਲਣਾ ਕਰੇ ਜੇ ਦਿਲ ਲਾ ਕੇ, ਫੁੱਲ ਮੌਸਮ ਪਹਿਲਾਂ ਵੀ ਖਿਲ ਸਕਦਾ। ਹੋਵੇ ਹੌਸਲਾ ਸ਼ੇਰੇ ਪੰਜਾਬ ਜਿੱਡਾ, ਪਾਣੀ ਅਟਕਦਾ ਵਗਣਾ ਵੀ ਖਿਲ ਸਕਦਾ। ਸਰਦਾਰ ਰਣਜੀਤ ਸਿੰਘ ਨੇ ਅਟਕਦੇ ਕੰਢੇ ਦੇ ਖਲੋ ਕੇ ਆਖਿਆ, ਉਹ ਅਟਕਾ ਤੇਰਾ ਵਾਹ ਅੱਗੇ ਕੱਚਿਆਂ ਨਾਲ ਪੈਂਦਾ ਰਿਹਾ ਹੋਏਗਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤਰ ਆ, ਤੇਰੀ ਛਾਤੀ ਦੇ ਕਦਮ ਰੱਖ ਕੇ ਤੈਨੂੰ ਪਾਰ ਕਰਾਂਗਾ। ਕਹਿੰਦੇ ਅਟਕਦੇ ਵਿੱਚੋਂ ਆਵਾਜ਼ ਆਈ, ਸਰਦਾਰ ਰਣਜੀਤ ਸਿੰਘ ਆ ਸੋਚ ਕੇ ਸਮਝ ਕੇ ਕਦਮ ਧਰੀ, ਮੈਂ ਕਿਤੇ ਸਤਲੁਜ ਦਰਿਆ ਨਹੀਂ। ਸਰਦਾਰ ਰਣਜੀਤ ਸਿੰਘ ਨੇ ਆਖਿਆ, ਉਹ ਅਟਕਾ ਜੇ ਤੂੰ ਸਤਲੁਜ ਨਹੀਂ ਨਾ, ਤੇ ਮੈਂ ਵੀ ਫਿਰ ਸਿਕੰਦਰ ਬਾਦਸ਼ਾਹ ਨੇ ਜਿਹੜਾ ਡਰਦਾ ਹੀ ਮੁੜ ਗਿਆ ਸੀ, ਜਿਹਨੇ ਦੁਨੀਆਂ ਨੂੰ ਜਿੱਤਣ ਦਾ ਤੁਹਈਆ ਕੀਤਾ, ਆਇਆ ਇੱਕ ਵਾਰੀ ਸਤਲੁਜ ਦੇ ਕੰਢੇ ਤੇ, ਵੇਖਿਆ ਪਾਣੀ ਚੜਿਆ ਹੋਇਆ, ਇੱਥੋਂ ਡਰਦਾ ਵਾਪਸ ਮੁੜ ਗਿਆ। ਸਰਦਾਰ ਰਣਜੀਤ ਸਿੰਘ ਨੇ ਆਖਿਆ, ਅਟਕਾ ਜੇ ਤੂੰ ਸਤਲੁਜ ਨਹੀਂ ਤੇ ਮੈਂ ਸਿਕੰਦਰ ਬਾਦਸ਼ਾਹ ਨਹੀਂ। ਕਹਿੰਦੇ ਦੂਸਰੀ ਵਾਰੀ ਆਵਾਜ਼ ਆਈ ਅਟਕ ਦੇ ਵਿੱਚੋਂ, ਸਰਦਾਰ ਰਣਜੀਤ ਸਿੰਘ ਆ ਵੇਖ ਕੇ ਫੇਰ ਕਦਮ ਧਰੀ, ਮੈਂ ਕਿਤੇ ਬਿਆਸ ਦਰਿਆ ਵੀ ਨਹੀਂ। ਸਰਦਾਰ ਰਣਜੀਤ ਸਿੰਘ ਨੇ ਆਖਿਆ, ਅਟਕਾ ਜੇ ਤੂੰ ਬਿਆਸ ਨਹੀਂ ਨਾ, ਮੈਂ ਫਿਰ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਨਹੀਂ। ਇੱਕ ਵਾਰੀ ਅਬਦੁੱਲਾ ਖਾਨ ਜਿਹੜਾ ਚੜਿਆ ਸੀ ਜਲੰਧਰ ਦਾ ਸੂਬੇਦਾਰ ਸ਼ਿਕਾਰ ਖੇਡਣ ਵਾਸਤੇ, ਜਦੋਂ ਆਇਆ ਬਿਆਸ ਦਰਿਆ ਦੇ ਕੰਢੇ ਤੇ, ਇਹਨੇ ਕੀ ਵੇਖਿਆ, ਹੜ ਆਇਆ ਹੋਇਆ, ਇੱਥੋਂ ਡਰਦਾ ਮੁੜ ਗਿਆ। ਇਹਨੇ ਆਖਿਆ, ਮੈਂ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਨਹੀਂ, ਗੁਰੂ ਅਮਰਦਾਸ ਪਾਤਸ਼ਾਹ ਦੇ ਭਾਈ ਪਾਰੋ ਵਰਗਾ ਪੱਕਾ ਸਿੱਖ ਆ। ਉਹ ਸੀ ਭਾਈ ਪਾਰੋ ਜਿਹੜਾ ਦੁਆਬੇ ਵਿੱਚੋਂ ਪ੍ਰਸ਼ਾਦਿਆਂ ਦਾ ਟੋਕਰਾ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਬਿਆਸ ਦਰਿਆ ਨੂੰ ਪਾਰ ਕਰ ਗਿਆ ਸੀ। ਸਰਦਾਰ ਰਣਜੀਤ ਸਿੰਘ ਨੇ ਆਖਿਆ, ਮੈਂ ਦੇ ਭਾਈ ਪਾਰੋ ਵਰਗਾ ਪੱਕਾ ਸਿੱਖ ਆ, ਜਲੰਧਰ ਦੇ ਸੂਬੇਦਾਰ ਵਰਗਾ ਨਹੀਂ। ਕਹਿੰਦੇ ਫਿਰ ਤੀਸਰੀ ਵਾਰੀ ਆਵਾਜ਼ ਆਈ, ਸਰਦਾਰ ਰਣਜੀਤ ਸਿੰਘ ਆ ਵੇਖੀ ਕਿਤੇ ਗਲਤੀ ਨਾ ਕਰ ਲਈ, ਮੈਂ ਰਾਵੀ ਦਰਿਆ ਨੇ। ਸਰਦਾਰ ਰਣਜੀਤ ਸਿੰਘ ਨੇ ਮੁੱਛ ਨੂੰ ਤਾ ਦੇ ਕੇ ਆਖਿਆ, ਉਹ ਅਟਕਾ ਜੇ ਤੂੰ ਰਾਵੀ ਨਹੀਂ ਨਾ, ਮੈਂ ਫਿਰ ਅੰਬੀ ਬਾਦਸ਼ਾਹ ਨੇ ਜਿਹੜਾ ਆਪਣੀ ਕੌਮ ਦੇ ਨਾਲ ਗਦਾਰੀ ਕਰ ਗਿਆ ਸੀ। ਕਹਿੰਦੇ ਚੌਥੀ ਵਾਰੀ ਫਿਰ ਆਵਾਜ਼ ਆਈ, ਸਰਦਾਰ ਰਣਜੀਤ ਸਿੰਘ ਆ ਵੇਖੀ ਕਿਤੇ ਗਲਤੀ ਨਾ ਕਰ ਲਈ, ਐਵੇਂ ਜਾਨ ਨਾ ਗਵਾ ਦੇਵੀਂ, ਮੈਂ ਕਿਤੇ ਚਨਾ ਦਰਿਆ ਵੀ ਨਹੀਂ। ਸਰਦਾਰ ਰਣਜੀਤ ਸਿੰਘ ਨੇ ਆਖਿਆ, ਉਹ ਅਟਕਾ ਜੇ ਤੂੰ ਚਨਾ ਨਹੀਂ ਤਾਂ ਮੈਂ ਫਿਰ ਦੁੱਲੇ ਘੁਮਿਆਰ ਦੀ ਕੁੜੀ ਸੋਹਣੀ ਨਹੀਂ ਜਿਹੜੀ ਉਹਦੇ ਵਿੱਚ ਡੁੱਬ ਗਈ ਸੀ। ਤੇਰੀ ਫਤਿਹ ਦੀ ਫੱਟ ਦੀ ਗੂੰਜ ਸ਼ੇਰਾ, ਛਾਏ ਜ਼ੁਲਮ ਦੇ ਕਾਲੀਆਂ ਬੱਦਲਾਂ ਨੂੰ, ਇਹ ਲੈਂਦੀ ਵਿੱਚ ਸੈਕਿੰਟਾਂ ਦੇ ਹੂੰਜ ਸ਼ੇਰਾ, ਕਦਰਾਂ ਵਿੱਚ ਮੰਦਲਾਂ ਹਾਈਆਂ ਨਹੀਂ ਆ,
ਸਿੰਘ ਨੇ ਆਖਿਆ ਹੋਇਆ ਅਟਕਾ ਜੇ ਤੂੰ ਚਨਾ ਨਹੀਂ ਤੇ ਮੈਂ ਦੁੱਲੇ ਘੁਮਿਆਰ ਦੀ ਕੁੜੀ ਸੋਹਣੀ ਨਹੀਂ ਜਿਹੜੀ ਉਹਦੇ ਵਿੱਚ ਡੁੱਬ ਗਈ ਸੀ। ਕਹਿੰਦੇ ਫਿਰ ਆਖਰੀ ਤੇ ਪੰਜਵੀਂ ਵਾਰ ਆਵਾਜ਼ ਆਈ ਅਟਕ ਦੇ ਵਿੱਚੋਂ, ਸਰਦਾਰ ਰਣਜੀਤ ਸਿੰਘਾ ਵੇਖੀ ਕਿਤੇ ਗਲਤੀ ਨਾਲ ਕਦਮ ਨਾ ਰੱਖ ਲਵੀਂ, ਮੇਰੇ ਪਾਣੀ ਦਾ ਵਹਾਓ ਏਡਾ ਤੇਜ਼ ਹੈ ਜੇ ਕੋਈ ਉੱਡਦਾ ਹੋਇਆ ਜਾਨਵਰ ਮੇਰੇ ਵਿੱਚ ਡਿੱਗ ਜਾਵੇ ਭਾਵੇਂ ਉਹਦੇ ਖੰਭਾਂ ਵਿੱਚ ਕਿੰਨੀ ਤਾਕਤ ਹੋਵੇ ਦੁਬਾਰਾ ਉਡਾਰੀ ਨਹੀਂ ਭਰ ਸਕਦਾ, ਇਸ ਕਰਕੇ ਮੇਰੇ ਪਾਣੀ ਦਾ ਵਹਾਓ ਏਡਾ ਤੇਜ਼ ਹੈ ਵੇਖੀ ਗਲਤੀ ਨਾਲ ਕਦਮ ਨਾ ਧਰ ਲਵੀਂ, ਮੈਂ ਕਿਤੇ ਜੇਲਮ ਦਰਿਆ ਵੀ ਨਹੀਂ ਜਿਹਨੂੰ ਤੂੰ ਹੁਣੇ ਹੁਣੇ ਪਾਰ ਕਰਕੇ ਆਇਆ। ਸਰਦਾਰ ਰਣਜੀਤ ਸਿੰਘ ਨੇ ਛਾਤੀ ਦੇ ਹੱਥ ਮਾਰ ਕੇ ਆਖਿਆ ਹੋਇਆ ਅਟਕਾ ਜੇ ਤੂੰ ਜੇਲਮ ਨਹੀਂ ਤੇ ਮੈਂ ਫਿਰ ਗੁੰਡਾ ਅਬਦਾਲੀ ਨਹੀਂ ਜਿਹੜਾ ਮੇਰੇ ਦੇਸ਼ ਨੂੰ ਜਾ ਕੇ ਲੁੱਟਦਾ ਰਿਹਾ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤਰ ਆ ਔਰ ਤੇਰੀ ਛਾਤੀ ਤੇ ਕਦਮ ਰੱਖ ਕੇ ਫਿਰ ਤੈਨੂੰ ਪਾਰ ਕਰਾਂਗਾ। ਸਰਦਾਰ ਰਣਜੀਤ ਸਿੰਘ ਨੇ ਅਟਕ ਦੇ ਕੰਢੇ ਤੇ ਖਲੋ ਕੇ ਜਿਹੜੀਆਂ ਚਾਰ ਗੱਲਾਂ ਅਟਕ ਨਾਲ ਕੀਤੀਆਂ ਕੀ ਆਖਿਆ, ਆਖਿਆ ਓਏ ਮੈਂ ਅਟਕਾ ਨਹੀਂ ਅਟਕਣਾ, ਅਟਕਾਇਆ ਤੇਰੇ। ਗੱਜਿਆ ਸ਼ੇਰ ਪੰਜਾਬ ਦਾ ਖੜੀ ਅਟਕ ਕਿਨਾਰੇ, ਇੱਕ ਸ਼ੇਰ ਜਾਂ ਦੂਸਰੇ ਨੂੰ ਖੜਾ ਵੰਗਾਰੇ, ਮੈਂ ਵੇਖੇ ਨੀ ਅੱਗੇ ਲਈ ਤੇਰੇ ਜਹੇ ਬਥੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਗੱਜਿਆ ਸ਼ੇਰ ਪੰਜਾਬ ਦਾ ਖੜੀ ਅਟਕ ਕਿਨਾਰੇ, ਇੱਕ ਸ਼ੇਰ ਜਾਂ ਦੂਸਰੇ ਨੂੰ ਖੜਾ ਵੰਗਾਰੇ, ਮੈਂ ਵੇਖੇ ਨੀ ਅੱਗੇ ਵੀ ਤੇਰੇ ਜਹੇ ਬਥੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਕਰੇ ਅਰਦਾਸਾ ਖਾਲਸਾ ਪਿੱਛੇ ਨਹੀਂ ਹਟਦਾ, ਜਾਂ ਕਟਵਾਉਂਦਾ ਸੀਸ ਨੂੰ ਜਾਂ ਵੈਰੀ ਕੱਟਦਾ, ਭਾਵੇਂ ਛੱਲਾ ਮਾਰ ਲੈ ਤੂੰ ਹੋਰ ਵਧੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਸਾਨੂੰ ਚਾਹ ਡਰਾਵਣਾ ਤੂੰ ਮਾਰ ਕੇ ਛੱਲਾ, ਸਾਨੂੰ ਚਾਹ ਡਰਾਵਣਾ ਤੂੰ ਮਾਰ ਕੇ ਛੱਲਾ, ਸਿੰਘ ਬਚਨਾ ਦੇ ਬਲੀ ਨੇ ਨਹੀਂ ਨਿਰੀਆਂ ਗੱਲਾਂ, ਵਾਸਤੇ ਆਏ ਨਹੀਂ ਤਰ ਪੰਦਲ ਮੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਮੂੰਹ ਵਿੱਚ ਉਂਗਲਾਂ ਪਾਊਗਾ ਵੇਖੀ ਜਗ ਸਾਰਾ, ਜਦੋਂ ਅਨੋਖਾ ਖਾਲਸਾ ਕਰ ਦੱਸੂ ਕਾਰਾ, ਸਦਾ ਖਾਲਸਾ ਬੰਨਦਾ ਜਿੱਤੋਂ ਦੇ ਸੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਹੋ ਰੁਕਣ ਦਾ ਸਮਾਂ ਨਹੀਂ ਜੋ ਖੜਾ ਅਡਿਕਾ, ਝੰਡਾ ਗੱਡਿਆ ਕਿਲੇ ਤੇ ਹੈ ਆਣ ਸ਼ਰੀਕਾ, ਛੇਤੀ ਜਾ ਕੇ ਪੁੱਟਣੇ ਦੁਸ਼ਮਣ ਦੇ ਡੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਅਸੀਂ ਦੇਸ਼ ਤੋਂ ਬਾਹਰ ਜਾਈਓ, ਅਸੀਂ ਦੇਸ਼ ਤੋਂ ਬਾਹਰ ਜਾ ਕਈ ਲੜੀਆਂ ਜੰਗਾਂ, ਮੈਂ ਇੰਨਾ ਕਮਜ਼ੋਰ ਨਹੀਂ ਕਰ ਮਿੰਨਤਾਂ ਲੰਘਾਂ,
ਨਾ ਨਹੀਂ ਮੰਨਾਂਗਾ ਤੇਰੀ, ਦਿਲ ਉੱਤੇ ਗੱਲ ਲਿਖ ਲਵੀ ਇਹ ਪੱਕੀ ਮੇਰੀ। ਫੜਕਾ ਮਾਰੇ ਖਾਲਸਾ ਖੁਸ਼ ਸੱਭੇ ਚਿਹਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਓ ਤੇਰੇ। ਸਿੰਘ ਗੁਰੂ ਦਸ਼ਮੇਸ਼ ਦੇ ਨਹੀਂ ਮੌਤਾਂ ਵਰਦੇ, ਇਹ ਤਾਂ ਵੇਖੇ ਮੌਤ ਨੂੰ ਮੈਂ ਟਿਚਰਾਂ ਕਰਦੇ। ਫੜ ਫੜ ਕੇ ਕੁੱਟਣੇ ਹਨ ਖੋਲ ਤੇਰੇ, ਮੈਂ ਅਟਕਾ ਨਹੀਂ ਅਟਕਣਾ ਅਟਕਾਇਆ ਤੇਰੇ। ਛੇੜ ਕੋੜੇ ਨੂੰ ਸੂਰ ਨੇ ਛੱਡ ਕੇ ਜੰਕਾਰੇ, ਛੇੜ ਕੋੜੇ ਨੂੰ ਸੂਰ ਨੇ ਛੱਡ ਕੇ ਜੰਕਾਰੇ, ਪਾਰ ਲੰਘ ਗਏ ਖਾਲਸੇ ਸਾਰੇ ਦੇ ਸਾਰੇ। ਹੋ ਗਏ ਅਟਕੋ ਪਾਰਸੀ ਕਈ ਬੁੱਢੜੇ ਠੇਰੇ, ਮੈਂ ਅਟਕਾ ਨਹੀਂ ਅਟਕਾਉਣਾ ਅਟਕਾਇਆ ਤੇਰੇ। ਮੈਂ ਦੁਨੀਆ ਤੋਂ ਵੱਖਰਾ ਇਤਿਹਾਸ ਬਣਾਉਣਾ, ਮੈਨੇ ਚੱਕੀਏ ਵਰਗੀਆਂ ਸ਼ੇਰਾਂ ਨੇ ਗਾਉਣਾ। ਇੱਥੋਂ ਦੇ ਮੁੱਖ ਸੇਵਾਦਾਰ ਭਾਈ ਤਰਸਿਮ ਸਿੰਘ ਜੀ ਅਤੇ ਭਾਈ ਪਰਮਜੀਤ ਸਿੰਘ ਸਾਹਿਬ ਜੀ, ਉਹ ਪੰਜ ਪੰਜ ਸੌ ਰੁਪਇਆ, ਦੋ ਕੌਮ ਦੇ ਮਹਾਨ ਕਵੀਸ਼ਰ ਸਵਰਗਵਾਸੀ, ਮੇਰੇ ਪੂਜਿਆ ਯੋਗ ਉਸਤਾਦ ਪਿਤਾ ਗਿਆਨੀ ਜੋਗਾ ਸਿੰਘ ਜੀ ਜੋਗੀ ਉਹਨਾਂ ਦੇ ਨਾਂ ਤੋਂ, ਅਤੇ ਗਿਆਨੀ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਬਹੁਤ ਚੰਗੇ ਕਵੀਸ਼ਰ, ਉਹਨਾਂ ਦੇ ਨਾਂ ਤੋਂ ਪੰਜ ਪੰਜ ਸੌ ਰੁਪਇਆ। ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਤੇ ਸਦਾ ਤੰਦਰੁਸਤੀ ਬਖਸ਼ੇ। ਮੈਨੂੰ ਪੁੱਛ ਰਹੇ ਸਨ ਭਾਈ ਸਾਹਿਬ ਹੁਣੇ ਕਿ ਕੁਛ ਵੀਰ ਪੁੱਛਦੇ ਕਿ ਤੁਹਾਡਾ ਨਗਰ ਦਸ਼ਮੇਸ਼ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ, ਔਰ ਜ਼ਿਲ੍ਹਾ ਮੇਰਾ ਜ਼ਰੂਰ ਅੰਮ੍ਰਿਤਸਰ ਆ, ਤਹਿਸੀਲ ਬਾਬਾ ਬਕਾਲਾ ਮੇਰਾ ਪਿੰਡ ਹੈ, ਸਰਦਾਰ ਹਰਜਿੰਦਰ ਸਿੰਘ ਜੀ ਜਿੰਦਾ ਗਦਲੀ ਵਾਲਾ, ਜਿਨ੍ਹਾਂ ਨੇ ਵੈਦਿਆ ਨੂੰ ਪੂਨੇ ਦੀ ਧਰਤੀ 'ਤੇ ਜਾ ਕੇ ਸੋਧਾ ਲਾਇਆ, ਉਸ ਪਿੰਡ ਦੀ ਅਤੇ ਸਾਡੇ ਪਿੰਡ ਦੀ ਜ਼ਮੀਨ ਦੀ ਹੱਦ ਜਿਹੜੀ ਉਹ ਲੱਗਦੀ ਹੈ, ਉਸ ਪਿੰਡ ਦੇ ਨਾਲ ਹਰਜਿੰਦਰ ਸਿੰਘ ਜਿੰਦੇ ਦਾ ਪਿੰਡ ਹੈ ਗਦਲੀ, ਅਤੇ ਬਹੁਤੇ ਕਹੀ ਜਾਂਦੇ ਕਿ ਸੁੱਖਾ ਸਿੰਘ ਦਾ, ਸੁਖਦੇਵ ਸਿੰਘ ਦਾ ਪਿੰਡ ਵੀ, ਲੇਕਿਨ ਉਹਦਾ ਪਿੰਡ ਰਾਜਸਥਾਨ ਵਿੱਚ ਸੀ, ਪਰ ਉਹ ਗਦਲੀ ਦੇ ਨਾਂ ਨਾਲ ਜਿੰਦਾ ਅਤੇ ਸੁੱਖਾ ਜ਼ਿਆਦਾ ਮਸ਼ਹੂਰ ਹੋ ਗਏ। ਔਰ ਮੇਰਾ ਪਿੰਡ ਹਰਜਿੰਦਰ ਸਿੰਘ ਜਿੰਦੇ ਕੌਮ ਦੇ ਮਹਾਨ ਸੂਰ ਬੀਰ ਬਹਾਦਰ ਉਹਦੇ ਯੋਧੇ ਦੇ ਪਿੰਡ ਦੇ ਲਾਗੇ ਆ ਦਸ਼ਮੇਸ਼ ਨਗਰ ਪਿੰਡ। ਸਰਦਾਰ ਰਣਜੀਤ ਸਿੰਘ ਸਾਹਿਬ ਨੇ ਇਸ ਅਟਕ ਦਰਿਆ ਨੂੰ ਪਾਰ ਕੀਤਾ, ਅਰਦਾਸ ਕੀਤੀ ਅਟਕ ਦੇ ਕੰਢੇ 'ਤੇ ਖਲੋ ਕੇ, ਅਤੇ ਸਭ ਤੋਂ ਪਹਿਲੋਂ ਆਪਣਾ ਘੋੜਾ ਠੇਲਿਆ ਇਸ ਅਟਕ ਦਰਿਆ ਵਿੱਚ। ਇਹ ਹੁੰਦਾ ਕੌਮ ਦਾ ਲੀਡਰ, ਜੇ ਕੋਈ ਕੌਮ ਨੂੰ ਬਣੇ ਬਿਵਤਾ ਤਾਂ ਸਭ ਤੋਂ ਪਹਿਲੋਂ ਆਪਣੀ ਜਾਨ ਖਤਰੇ ਵਿੱਚ ਪਾਵੇ। ਸਰਦਾਰ ਰਣਜੀਤ ਸਿੰਘ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਅਤੇ ਅਟਕ ਦਰਿਆ ਵਿੱਚ ਠੇਲ ਦਿੱਤਾ। ਪਿੱਛੇ ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ, ਇਹਨਾਂ ਵੀ ਆਪਣੇ ਘੋੜੇ ਨੂੰ ਅੱਡੀ ਲਾਈ, ਇਹਨਾਂ ਵੀ ਅਟਕ ਦਰਿਆ ਵਿੱਚ ਠੇਲ ਦਿੱਤਾ। ਪਿੱਛੇ ਦੇਸਾ ਸਿੰਘ ਮਜੀਠੀਆ, ਫਤਿਹ ਸਿੰਘ ਆਲੂ ਵਾਲੀਆ, ਰਤਨ ਸਿੰਘ ਰਜਾਠੀਆ ਆਪੋ ਆਪਣੇ ਫੌਜੀ ਸਿਪਾਹੀਆਂ ਨੂੰ ਨਾਲ ਲੈ ਕੇ ਅਟਕ ਵਿੱਚ ਠਿੱਲ ਪਏ। ਜਿੰਨਾ ਚਿਰ ਸਾਰੀਆਂ ਫੌਜਾਂ ਇਸ ਅਟਕ ਦਰਿਆ ਵਿੱਚੋਂ ਪਾਰ ਨਹੀਂ ਹੋ ਗਈਆਂ, ਉਹਨਾਂ ਚਿਰ ਸਰਦਾਰ ਰਣਜੀਤ ਸਿੰਘ ਨੇ
ਆਪਣਾ ਘੋੜਾ ਅਟਕ ਦਰਿਆ ਵਿੱਚ ਡੱਕ ਛੱਡਿਆ, ਖਲਿਹਾਰ ਛੱਡਿਆ। ਜਦੋਂ ਸਾਰੇ ਸੂਰਮੇ ਪਾਰ ਹੋ ਗਏ, ਫਿਰ ਸਰਦਾਰ ਰਣਜੀਤ ਸਿੰਘ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਅਟਕ ਦਰਿਆ ਵਿੱਚੋਂ ਪਾਰ ਕੀਤਾ। ਜਦੋਂ ਖਾਲਸਾ ਜਾ ਪਹੁੰਚਾ ਜਹਾਂਗੀਰੇ ਦੇ ਕਿਲੇ ਦੁਆਲੇ, ਜਿਹੜੀਆਂ ਮੁਹੰਮਦ ਅਜ਼ੀਮ ਖਾਨ ਦੀਆਂ ਫੌਜਾਂ ਹਮਲਾ ਕਰਦੀਆਂ ਸੀ, ਜਦੋਂ ਖਾਲਸੇ ਨੇ ਜਾ ਕੇ ਹਮਲਾ ਕੀਤਾ, ਵੈਰੀ ਦੀਆਂ ਫੌਜਾਂ ਦੇ ਪੈਰ ਉਖੜ ਕੇ ਦੌੜ ਗਈਆਂ। ਗੁਰੂ ਕੇ ਖਾਲਸੇ ਨੇ ਜਾ ਕੇ ਜਹਾਂਗੀਰੇ ਦੇ ਕਿਲੇ ਤੇ ਕਬਜ਼ਾ ਕਰ ਲਿਆ। ਜਦੋਂ ਨਿਸ਼ਾਨ ਸਾਹਿਬ ਚਲਾ ਦਿੱਤਾ, ਗੁਰੂ ਕੇ ਖਾਲਸੇ ਨੇ ਜਿੱਤ ਦੇ ਨਗਾਰੇ ਖੜਕਾਏ ਤੇ ਜਕਾਰੇ ਛੱਡੇ। ਵੈਰੀ ਦੀਆਂ ਫੌਜਾਂ ਇੱਥੋਂ ਦੌੜੀਆਂ, ਮੁਹੰਮਦ ਅਜ਼ੀਮ ਖਾਨ ਨੂੰ ਕਹਿੰਦੀਆਂ ਕਿ ਗੁਰੂ ਕਾ ਖਾਲਸਾ ਆਣ ਪਹੁੰਚਾ ਹੈ। ਉਹ ਖਾਲਸਾ, ਉਹਦੀਆਂ ਬਾਹਾਂ ਵਿੱਚ ਪਤਾ ਨਹੀਂ ਕਿੰਨਾ ਬਲ ਹੋਏਗਾ, ਜਿਸ ਅਟਕ ਦਰਿਆ ਦੇ ਉੱਪਰ ਦੀ ਉੱਡਦਾ ਹੋਇਆ ਜਾਨਵਰ ਵਿੱਚ ਡਿੱਗ ਪਏ ਤੇ ਦੁਬਾਰਾ ਉਡਾਰੀ ਨਹੀਂ ਭਰ ਸਕਦਾ, ਔਰ ਗੁਰੂ ਕਾ ਖਾਲਸਾ ਉਸ ਅਟਕ ਦਰਿਆ ਨੂੰ ਬਿਨਾਂ ਬੇੜੀਆਂ ਤੋਂ ਪਾਰ ਕਰ ਆਇਆ। ਵੈਰੀ ਇੰਨਾ ਡਰ ਗਿਆ, ਦੌੜ ਗਿਆ ਨਸ਼ਹਿਰੇ ਦੇ ਮੈਦਾਨ ਵਾਲੇ ਪਾਸੇ ਨੂੰ। ਰਾਤ ਕੱਟੀ ਆ ਗੁਰੂ ਕੇ ਖਾਲਸੇ ਨੇ ਜਹਾਂਗੀਰੇ ਦੇ ਕਿਲੇ ਵਿੱਚ। ਅਗਲਾ ਦਿਨ ਚੜਿਆ ਤੇ ਅੰਮ੍ਰਿਤ ਵੇਲੇ ਪੜ੍ਹ ਕੇ ਬਾਣੀ ਗੁਰੂ ਕੇ ਸਿੱਖਾਂ ਨੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖਲੋ ਕੇ ਅਰਦਾਸ ਕੀਤੀ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਨੇ ਕੋਲ ਖਲਿਆਰ ਲਿਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ, ਦੇਸਾ ਸਿੰਘ ਮਜੀਠੀਏ ਨੂੰ, ਹਰੀ ਸਿੰਘ ਨਲੂਏ ਨੂੰ, ਸ਼ੇਰ ਸਿੰਘ ਨੂੰ, ਫਤਿਹ ਸਿੰਘ ਆਹਲੂਵਾਲੀਏ ਨੂੰ, ਰਤਨ ਸਿੰਘ ਰਜਾਠੀਏ ਨੂੰ, ਦੀਵਾਨ ਕਿਰਪਾ ਰਾਮ ਨੂੰ, ਸਾਰਿਆਂ ਨੂੰ ਕੋਲ ਖਲਿਆਰ ਕੇ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ। 10 ਗੁਰੂ ਸਾਹਿਬਾਨਾਂ ਨੂੰ ਸਿਮਰ ਕੇ, ਸਮੂਹ ਸ਼ਹੀਦਾਂ ਨੂੰ ਯਾਦ ਕਰਕੇ, ਸੰਤਾਂ ਤੇ ਭਗਤਾਂ ਨੂੰ ਯਾਦ ਕਰਕੇ ਆਖਿਆ, ਹੇ ਗੁਰੂ ਕਲਗੀਆਂ ਵਾਲਿਆ ਪਾਤਸ਼ਾਹ, ਅੱਜ ਤੇਰਾ ਖਾਲਸਾ ਧਰਮ ਦੀ ਜੰਗ ਲੜਨ ਵਾਸਤੇ ਚੱਲਿਆ ਏ, ਆਪਣੇ ਖਾਲਸੇ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਤੇ ਆਪਣੇ ਖਾਲਸੇ ਨੂੰ ਜਿੱਤ ਬਖਸ਼ਣੀ। 5 ਜੰਕਾਰੇ ਛੱਡੇ ਅਰਦਾਸ ਕਰਕੇ। ਅਸੀਂ ਬਹੁਤ ਸਾਰੀਆਂ ਮਰਿਆਦਾ ਭੁੱਲਦੇ ਜਾਂਦੇ ਹਾਂ, ਅੱਜ ਆਮ ਅਖੰਡ ਪਾਠ ਦਾ ਭੋਗ ਹੋਵੇ ਤੇ 5-5 ਜੰਕਾਰੇ ਛੱਡੀ ਜਾਂਦੇ ਹਾਂ, ਲੇਕਿਨ 5 ਜੰਕਾਰੇ ਖਾਲਸਾ ਉਦੋਂ ਛੱਡਦਾ ਹੈ ਜਦੋਂ ਕਿਸੇ ਮੁਹਿੰਮ ਨੂੰ ਚੜ੍ਹਨ ਲੱਗੇ, ਕਿਸੇ ਜੰਗ ਯੁੱਧ ਨੂੰ ਖਾਲਸਾ ਤਿਆਰ ਹੋਇਆ ਹੋਵੇ, ਮੌਤ ਦਾ ਅਰਦਾਸਾ ਕਰਕੇ, ਸ਼ਹੀਦੀ ਅਰਦਾਸਾ ਕਰਕੇ ਜਦੋਂ ਗੁਰੂ ਕਾ ਖਾਲਸਾ ਤੁਰੇ, ਫਿਰ 5 ਜੰਕਾਰੇ ਛੱਡਦਾ। 5 ਜੰਕਾਰੇ ਗਜਾਏ ਨੇ ਗੁਰੂ ਕੇ ਖਾਲਸੇ ਨੇ, ਇੱਥੋਂ ਅੱਗੇ ਨੂੰ ਤੁਰ ਪਿਆ। ਗੁਰੂ ਕਾ ਖਾਲਸਾ ਫਿਰ ਫੌਜ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਹਿੱਸਾ ਹਰੀ ਸਿੰਘ ਨਲੂਏ ਨੂੰ ਦੇ ਦਿੱਤਾ, ਇੱਕ ਹਿੱਸਾ ਫੌਜ ਦਾ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਨੂੰ ਦੇ ਦਿੱਤਾ, ਔਰ ਤੀਸਰਾ ਹਿੱਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪ ਰੱਖ ਲਿਆ। ਵੰਡ ਇਸ ਤਰ੍ਹਾਂ ਹੋਈ ਕਿ ਲੁੰਡੇ ਦਰਿਆ ਵਾਲੇ ਪਾਸੇ ਨੂੰ ਹਰੀ ਸਿੰਘ ਨਲੂਆ ਤੇ ਸ਼ੇਰ ਸਿੰਘ ਜਾਏਗਾ, ਕਿਉਂਕਿ ਇਸ ਪਾਸਿਓ ਮੁਹੰਮਦ ਅਜ਼ੀਮ ਖਾਨ ਦੇ ਆਉਣ ਦਾ ਰਾਹ ਹੈ। ਤੇ ਸਰਦਾਰ ਰਣਜੀਤ ਸਿੰਘ ਜਾਣਦਾ ਸੀ ਕਿ ਮੁਹੰਮਦ ਅਜ਼ੀਮ ਖਾਨ ਦਾ ਰਸਤਾ ਹਰੀ ਸਿੰਘ ਨਲੂਆ ਹੀ ਰੋਕ ਸਕਦਾ ਹੈ। ਹਰੀ ਸਿੰਘ ਨਲੂਏ ਵਰਗਾ ਨੀਤੀਵਾਨ ਤੇ ਦਲੇਰ ਜਰਨੈਲ ਅੱਜ ਤੱਕ ਨਹੀਂ ਹੋਇਆ। ਥੋੜ੍ਹਾ ਹੀ ਸਮਾਂ ਹੋਇਆ ਪਿੱਛੇ ਜੇ ਇੱਕ ਵਾਰੀ ਅਮਰੀਕਾ ਦੇ ਵਿੱਚ ਬਹੁਤ ਸਾਰੇ ਵੱਡੇ ਬੰਦੇ ਬੈਠੇ, ਉਹਨਾਂ ਨੇ ਸਾਰੇ ਸੋਚਿਆ ਕਿ ਦੁਨੀਆਂ ਦੇ 10 ਜਰਨੈਲਾਂ ਦਾ ਨਾਂ ਲਿਖਣਾ ਹੋਏਗਾ। ਜਦੋਂ 10 ਜਰਨੈਲਾਂ ਦਾ ਨਾਂ ਲਿਖਦਿਆਂ ਲਿਖਦਿਆਂ ਹਰੀ ਸਿੰਘ ਨਲੂਏ ਦਾ ਨਾਂ ਆਇਆ, ਅੰਗਰੇਜ਼ ਲਿਖਾਰੀ ਮੂੰਹ ਵਿੱਚ ਕਲਮ ਪਾ ਕੇ ਸੋਚਣ ਡਹਿ ਗਿਆ। ਦੂਸਰੇ ਨੇ ਪੁੱਛਿਆ ਕਾਰਨ ਕੀ ਹੈ, ਉਹ ਕਹਿੰਦਾ ਉਹ ਜਿੰਨੀ ਤਾਕਤ ਅੰਗਰੇਜ਼ਾਂ ਦੇ ਕੋਲ ਸੀ, ਜੇ ਕਿਤੇ ਇੰਨੀ ਤਾਕਤ ਸਿੱਖਾਂ ਦੇ ਕੋਲ ਹੁੰਦੀ ਤੇ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਹੁੰਦਾ,
ਕਹਿੰਦਾ ਮੈਂ ਵਾਅਦੇ ਨਾਲ ਕਹਿੰਦਾ ਕਿ ਸਾਰੀ ਦੁਨੀਆ ਤੇ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਸਕਦਾ ਸੀ। ਏਡਾ ਨੀਤੀਵਾਨ ਤੇ ਏਡਾ ਦਲੇਰ ਜਰਨੈਲ ਸੀ ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਨੂੰ ਤੇ ਸ਼ੇਰ ਸਿੰਘ ਨੂੰ ਆਖਿਆ ਤੁਸੀਂ ਲੁੰਡੇ ਦਰਿਆ ਵਾਲੇ ਪਾਸੇ ਨੂੰ ਜਾਓਗੇ ਔਰ ਟਰਕੀ ਪਹਾੜੀ ਵਾਲੇ ਪਾਸੇ ਨੂੰ। ਇਹ ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਆਪਣੇ ਫੌਜੀ ਸਿਪਾਹੀਆਂ ਨੂੰ ਨਾਲ ਲੈ ਕੇ ਜਾਏਗਾ। ਤੇ ਬਿਲਕੁਲ ਸੈਂਟਰ ਦੇ ਵਿੱਚੋਂ ਸ਼ੇਰੇ ਪੰਜਾਬ ਨੇ ਆਖਿਆ ਮੈਂ ਬਾਕੀ ਜਰਨੈਲਾਂ ਨੂੰ ਨਾਲ ਲੈ ਕੇ ਦੇਸਾ ਸਿੰਘ ਮਜੀਠੀਏ ਨੂੰ, ਫਤਿਹ ਸਿੰਘ ਆਲੂ ਵਾਲੀਏ ਨੂੰ, ਰਤਨ ਸਿੰਘ ਗਰਜਾਠੀਏ ਨੂੰ ਨਾਲ ਲੈ ਕੇ ਸੈਂਟਰ ਵਿੱਚੋਂ ਮੈਂ ਖੁਦ ਹਮਲਾ ਕਰਾਂਗਾ। ਫਿਰ ਇਹ ਗੱਲ ਕਰਦਿਆਂ ਸ਼ੇਰੇ ਪੰਜਾਬ ਨੇ ਆਪਣੇ ਘੋੜੇ ਨੂੰ ਅੱਡੀ ਲਾਈ, ਥੋੜ੍ਹਾ ਜਿਹਾ ਅੱਜੇ ਅੱਗੇ ਜਾ ਕੇ ਇੱਕ ਉੱਚੀ ਥਾਂ 'ਤੇ ਖਲੋ ਗਿਆ। ਪੈਰਾਂ ਤੋਂ ਜੋੜਾ ਤਾਰ ਲਿਆ ਕੌਮ ਦੇ ਬਾਦਸ਼ਾਹ ਨੇ, ਗਲ ਵਿੱਚ ਪਰਨਾ ਪਾ ਲਿਆ ਕੌਮ ਦੇ ਬਾਦਸ਼ਾਹ ਨੇ, ਦੋਨੋਂ ਹੱਥ ਜੋੜ ਕੇ ਖਲੋ ਗਿਆ। ਸਭ ਤੋਂ ਪਹਿਲੋਂ ਅਕਾਲੀ ਫੂਲਾ ਸਿੰਘ ਸਾਹਿਬ ਦਾ ਜਥਾ ਆਇਆ, 800 ਘੋੜ ਸਵਾਰ, 700 ਪੈਦਲ ਸਿਪਾਹੀ, 1500 ਦਾ ਜਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਕੌਮ ਦੇ ਬਾਦਸ਼ਾਹ ਨੇ ਤੋੜ ਦਿੱਤਾ। ਪਿੱਛੇ ਆ ਗਿਆ ਦੇਸਾ ਸਿੰਘ ਮਜੀਠੀਆ, ਇਹਦੇ ਕੋਲ 1000 ਸਿਪਾਹੀ ਸੀ, 800 ਘੋੜ ਸਵਾਰ ਤੇ 200 ਪੈਦਲ ਸਿਪਾਹੀ ਸੀ। ਇਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਕੌਮ ਦੇ ਬਾਦਸ਼ਾਹ ਨੇ ਤੋੜ ਦਿੱਤਾ। ਪਿੱਛੇ ਆ ਗਿਆ ਹਰੀ ਸਿੰਘ ਨਲੂਆ, ਇਹਦੇ ਕੋਲ 3000 ਘੋੜ ਸਵਾਰ ਤੇ 2000 ਪੈਦਲ ਸਿਪਾਹੀ ਸੀ, 5000 ਦਾ ਜਥਾ ਇਹਦਾ ਆਇਆ। ਨਾਲ ਆ ਗਿਆ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ, ਇਹਨਾਂ ਨੂੰ ਲੁੰਡੇ ਦਰਿਆ ਵਾਲੇ ਪਾਸੇ ਨੂੰ ਤੋੜ ਦਿੱਤਾ। ਅਜੇ 3 ਜਥੇ ਤੋੜੇ ਸਨ, ਇੱਕ ਸਿੱਖ ਆ ਗਿਆ, ਉਹਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਹੁਣੇ ਹੁਣੇ ਖਬਰ ਮਿਲੀ ਹੈ ਕਿ ਆਪਣਾ ਤੋਪਖਾਨਾ ਲੈ ਕੇ ਜਨਰਲ ਵਨਤੂਰਾ ਲੇਟ ਆ ਰਿਹਾ ਹੈ, ਉਹ ਦੁਪਹਿਰ ਤੋਂ ਬਾਅਦ ਆਏਗਾ। ਮੇਰੀ ਬੇਨਤੀ ਹੈ ਜੇ ਜੰਗ ਦੁਪਹਿਰ ਤੱਕ ਰੋਕ ਦਿੱਤੀ ਜਾਵੇ, ਦੁਪਹਿਰ ਤੋਂ ਬਾਅਦ ਗੁਰੂ ਕਾ ਖਾਲਸਾ ਹਮਲਾ ਕਰੇ ਤੇ ਛੇਤੀ ਨਾਲ ਇਸ ਮੋਰਚੇ ਨੂੰ ਫਤਿਹ ਕੀਤਾ ਜਾ ਸਕਦਾ। ਗੱਲ ਸੁਣਦਿਆਂ ਸਾਰ ਸ਼ੇਰੇ ਪੰਜਾਬ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਅਕਾਲੀ ਫੂਲਾ ਸਿੰਘ ਸਾਹਿਬ ਸਭ ਤੋਂ ਅੱਗੇ ਜਾ ਰਿਹਾ ਸੀ। ਉਹਦੇ ਘੋੜੇ ਨਾਲ ਜਦੋਂ ਘੋੜਾ ਮਿਲਾਇਆ, ਅਕਾਲੀ ਫੂਲਾ ਸਿੰਘ ਨੇ ਆਪਣੇ ਘੋੜੇ ਦੀਆਂ ਵਾਗਾਂ ਖਿੱਚੀਆਂ, ਘੋੜਾ ਖਲਿਆਰ ਲਿਆ। ਸ਼ੇਰੇ ਪੰਜਾਬ ਨੇ ਆਪਣੇ ਘੋੜੇ ਦੀਆਂ ਵਾਗਾਂ ਖਿੱਚੀਆਂ ਤੇ ਘੋੜਾ ਡੱਕ ਲਿਆ। ਅਕਾਲੀ ਫੂਲਾ ਸਿੰਘ ਨੇ ਆਖਿਆ ਸਰਦਾਰ ਰਣਜੀਤ ਸਿੰਘ ਆ, ਹੁਣ ਕੀ ਆਫਤ ਆ ਗਈ ਹੈ? ਸਰਦਾਰ ਰਣਜੀਤ ਸਿੰਘ ਨੇ ਆਖਿਆ ਕੌਮ ਦੇ ਜਥੇਦਾਰ ਜੀ, ਮੈਂ ਬੇਨਤੀ ਕਰਨ ਵਾਸਤੇ ਆਇਆ ਕਿ ਆਪਣਾ ਤੋਪਖਾਨਾ ਲੈ ਕੇ ਜਨਰਲ ਵਨਤੂਰਾ ਅਜੇ ਲੇਟ ਆ ਰਿਹਾ, ਦੁਪਹਿਰ ਤੋਂ ਬਾਅਦ ਆਏਗਾ। ਮੇਰੀ ਬੇਨਤੀ ਹੈ ਜੇ ਜੰਗ ਦੁਪਹਿਰ ਤੱਕ ਰੋਕ ਦਿੱਤੀ ਜਾਵੇ, ਦੁਪਹਿਰ ਤੋਂ ਬਾਅਦ ਗੁਰੂ ਕਾ ਖਾਲਸਾ ਕਰੇ ਹਮਲਾ, ਫਿਰ ਜਲਦੀ ਨਾਲ ਫਤਿਹ ਕੀਤਾ ਜਾ ਸਕਦਾ। ਗੁੱਸੇ ਵਿੱਚ ਆ ਗਿਆ ਕੌਮ ਦਾ ਜਥੇਦਾਰ, ਖਿੱਚ ਕੇ ਮਿਆਨ ਚੋਂ ਖੰਡਾ, ਉਹਨੇ ਆਖਿਆ ਸਰਦਾਰ ਰਣਜੀਤ ਸਿੰਘ ਆ ਪਾਸੇ ਹਟ ਜਾ, ਹੁਣ ਕਿਤੇ ਮੇਰਾ ਨਿਕਲਿਆ ਹੋਇਆ ਖੰਡਾ ਤੇਰੇ ਤੇ ਨਾ ਚੜ ਜਾਵੇ, ਤੈਨੂੰ ਮਾਣ ਹੋਏਗਾ ਤੋਪਖਾਨੇ ਤੇ, ਤੈਨੂੰ ਮਾਣ ਹੋਏਗਾ ਫੌਜਾਂ ਤੇ, ਤੈਨੂੰ ਮਾਣ ਹੋਏਗਾ ਗੋਲੀ ਸਿੱਕੇ ਤੇ, ਲੇਕਿਨ ਮੈਨੂੰ ਯਕੀਨ ਹੈ ਕੀਤੀ ਹੋਈ ਅਰਦਾਸ ਤੇ, ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ ਹੈ। ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਨੇ ਸ਼ੇਰੇ ਪੰਜਾਬ ਦੇ ਨਾਲ ਜਿਹੜੀਆਂ 4 ਗੱਲਾਂ ਕੀਤੀਆਂ, ਇਹ ਕਵੀਸ਼ਰੀ ਕਲਾ ਦਾ ਜੋਗ ਛੰਦ ਆ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਦੀ ਕਲਮ ਤੋਂ ਲਿਖਿਆ ਹੋਇਆ। ਮੇਰੇ ਬਹੁਤ ਹੀ ਚੰਗੇ ਸਾਥੀ ਗੁਰਮੇਲ ਸਿੰਘ ਮਰਹਾਣੇ ਵਾਲਾ, ਸਕੇ ਭਰਾ ਭੁਪਿੰਦਰ ਸਿੰਘ ਤੇ ਜੋਗਿੰਦਰ ਸਿੰਘ ਦਦੇਰ ਸਾਹਿਬ ਵਾਲੇ, ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰ ਦੇ ਸਾਥੀ ਬਿਆਨ ਕਰਨ ਲੱਗੇ ਨੇ, ਅਕਾਲੀ ਫੂਲਾ ਸਿੰਘ ਸਾਹਿਬ ਨੇ ਸ਼ੇਰੇ ਪੰਜਾਬ ਨਾਲ 4 ਗੱਲਾਂ ਇਉਂ ਕੀਤੀਆਂ।
ਰੁਕ ਜੋ ਇਹ ਗੱਲ ਸੁਣੀ ਜਾਂ ਮੱਥੇ ਤੇ ਵੱਟ ਪਏ, ਮਾਨੋ ਜਾਂ ਬੱਬਰ ਸ਼ੇਰ ਦੀ ਛਾਤੀ ਤੇ ਫੱਟ ਪਏ, ਅਗਨੀ ਦੇ ਛੋਲੇ ਨੈਣੀ ਜਗ ਦੇ ਲਟ ਲੱਟ ਪਏ, ਪਰਖਣ ਲਈ ਗੈਰਤ ਮੌਕਾ ਰੋਜ਼ ਤਾਂ ਜੁੜਦਾ ਨਹੀਂ, ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ, ਸੋ ਦੀ ਅਰਦਾਸ ਸੂਰਮਾ ਮਾਨ ਸਰਦਾਰਾ ਤੈਨੂੰ ਭਾਰੀ ਤੁਪਖਾਨੇ ਦਾ ਫੌਜਾਂ ਦਾ ਧਰਤੀ ਦਾ ਤੇ ਸ਼ਾਹੀ ਖਜ਼ਾਨੇ ਦਾ, ਇੱਕੋ ਅਰਦਾਸ ਆਸਰਾ ਮੇਰਾ ਦੀਵਾਨੇ ਦਾ, ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਾਟੇ ਨਹੀਂ, ਮਰਦਾਂ ਦੀ ਮੰਜ਼ਿਲ ਰਾਜਾ ਟੁੱਟਦੀ ਦਵਾਟੇ ਨਹੀਂ, ਮਰਦਾਂ ਦੀ ਮੰਜ਼ਿਲ ਬਾਦਸ਼ਾਹ ਰੁਕ ਜੋ ਇਹ ਗੱਲ ਸੁਣੀ ਜਾਂ ਮੱਥੇ ਤੇ ਵੱਟ ਪਏ, ਮਾਨੋ ਜਾਂ ਬੱਬਰ ਸ਼ੇਰ ਦੀ ਛਾਤੀ ਤੇ ਫੱਟ ਪਏ, ਅਗਨੀ ਦੇ ਛੋਲੇ ਨੈਣੀ ਜਗ ਦੇ ਲਟ ਲੱਟ ਪਏ, ਪਰਖਣ ਲਈ ਗੈਰਤ ਮੌਕਾ ਰੋਜ਼ ਤਾਂ ਜੁੜਦਾ ਨਹੀਂ, ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ, ਸੋ ਦੀ ਅਰਦਾਸ ਸੂਰਮਾ ਮਾਨ ਸਰਦਾਰਾ ਤੈਨੂੰ ਭਾਰੀ ਤੁਪਖਾਨੇ ਦਾ ਫੌਜਾਂ ਦਾ ਧਰਤੀ ਦਾ ਤੇ ਸ਼ਾਹੀ ਖਜ਼ਾਨੇ ਦਾ, ਇੱਕੋ ਅਰਦਾਸ ਆਸਰਾ ਮੇਰਾ ਦੀਵਾਨੇ ਦਾ, ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਾਟੇ ਨਹੀਂ, ਮਰਦਾਂ ਦੀ ਮੰਜ਼ਿਲ ਰਾਜਾ ਟੁੱਟਦੀ ਦਵਾਟੇ ਨਹੀਂ, ਮਰਦਾਂ ਦੀ ਮੰਜ਼ਿਲ ਬਾਦਸ਼ਾਹ ਦੀਵੇ ਨੂੰ ਵੇਖ ਜੋ ਮੁੜ ਜੇ ਅਸਲੀ ਪਤੰਗਾ ਨਹੀਂ, ਜਿਨ੍ਹਾਂ ਨੇ ਯਾਰ ਰਜਾਉਣੇ ਜਗਤ ਦੀ ਸੰਗਾ ਨਹੀਂ, ਕਰਦੇ ਜੋ ਜਿੰਦ ਪਿਆਰੀ ਜਿੱਤਦੇ ਦੰਗਾ ਨਹੀਂ, ਹਿਰਦੇ ਸੱਚ ਰੱਖਣ ਵਾਲਾ ਜ਼ਿੰਦਗੀ ਪਰ ਥੁੜਦਾ ਨਹੀਂ, ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ, ਸੋ ਦੀ ਅਰਦਾਸ ਸੂਰਮਾ ਸਿੱਖ ਦਾ ਅਰਦਾਸਾ ਹੈ ਕੋਈ ਬਾਤ ਮਾਮੂਲੀ ਨਹੀਂ, ਆਸ਼ਕ ਜੋ ਐਨਣ ਹੱਕ ਦੇ ਦਿੰਦੀ ਪੈਸੂਲੀ ਨਹੀਂ, ਬਚਨਾਂ ਦੇ ਬਲੀ ਦੌੜਦੇ ਛੱਡ ਕੇ ਤੇ ਚੂਲੀ ਨਹੀਂ, ਬਹੁਤਾਂ ਕੁਝ ਸੋਚਾਰਣ ਵਿੱਚ ਵੱਜਦੇ ਫੁਰਾਟੇ ਨਹੀਂ, ਮਰਦਾਂ ਦੀ ਮੰਜ਼ਿਲ ਰਾਜਾ ਟੁੱਟਦੀ ਦਵਾਟੇ ਨਹੀਂ, ਮਰਦਾਂ ਦੀ ਮੰਜ਼ਿਲ ਬਾਦਸ਼ਾਹ ਦਾ ਖੰਡਾ ਮੇਰਾ ਚਲਣਾ ਜੇ ਤੇਰੇ ਤੇ, ਵੇਖੇ ਅਜਲੋ ਦੇ ਆਸ਼ਕ ਰੀਝੇ ਹਨੇਰੇ ਤੇ, ਵੱਡਾ ਅਫਸੋਸ ਰਾਜਾ ਤੇਰੇ ਇਸ ਜੇਰੇ ਤੇ, ਮਰਨੇ ਤੋਂ ਡਰਦਾ ਜਿਹੜਾ ਅਟਕਾਂ ਵਿੱਚ ਰੁੜਦਾ ਨਹੀਂ, ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ, ਸੋ ਦੀ ਅਰਦਾਸ ਸੂਰਮਾ ਹਰਜਣ ਜੋ ਬਚਨੇ ਉਹਨਾਂ ਦੀ ਚੌਥੀ ਜ਼ਿੰਦਗਾਨੀ ਹੈ, ਜੂਦੇ ਜੋ ਅਣਖ ਗਵਾ ਕੇ ਕਾਹਦੀ ਜਵਾਨੀ ਹੈ, ਰੋਦੇ ਨਾ ਕਦੇ ਮੌਤ ਦੀ ਪਰ ਦੇਸ਼ ਅੰਨੀ ਹੈ, ਰਾਜਾ ਦਾ ਰੋਬ ਨਿਵਾਰੀ ਜਿੰਮਾਂ ਨੇ ਡਾਟੇ ਨਹੀਂ, ਮਰਦਾਂ ਦੀ ਮੰਜ਼ਿਲ ਰਾਜਾ ਟੁੱਟਦੀ ਦਵਾਟੇ ਨਹੀਂ, ਮਰਦਾਂ ਦੀ ਮੰਜ਼ਿਲ ਬਾਦਸ਼ਾਹ ਕੀਤੀ ਅਰਦਾਸ ਧਿਆਨ ਗੁਰ ਚਰਨਾਂ ਤੇ ਧਰ ਕੇ ਤੇ, ਦਾਸਾਂ ਗੁਰ ਸਾਹਿਬ ਨਾਂ ਦੀ ਜਾਮਣੀ ਭਰ ਕੇ ਤੇ, ਕੀਤੀ ਅਰਦਾਸ ਨਵਾਉਣੀ ਜਿੱਤ ਕੇ ਜਾਂ ਮਰ ਕੇ ਤੇ, ਫੁੱਲਾ ਸਿੰਘ ਜੰਗ ਵਿੱਚ ਵੜਿਆ ਪਿੱਛੇ ਨੂੰ ਹੁੜਦਾ ਨਹੀਂ, ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ, ਸੋ ਦੀ ਅਰਦਾਸ ਸੂਰਮਾ ਜਿੰਨਾਂ ਨੂੰ ਤਕਵਾ ਰੱਬ ਦਾ ਚੁੰਮਦੀ ਜਿੱਤ ਚਰਨਾਂ ਨੂੰ,
ਮਾਸਟਰ ਅਵਤਾਰ ਸਿੰਘ ਜੀ ਕੌਮ ਦੇ ਅਮਰ ਸ਼ਹੀਦ ਕਵੀਸ਼ਰ, ਜਿੱਥੇ ਅਸਾਂ ਨੇ ਕਵੀਸ਼ਰੀ ਕਰਨ ਵਾਲੇ ਪੈਦਾ ਕੀਤੇ ਉੱਥੇ ਇਸ ਦੇਸ਼ ਕੌਮ ਪੰਥ ਦੀ ਖਾਤਰ ਸ਼ਹੀਦ ਹੋਣ ਵਾਲੇ ਵੀ ਕਵੀਸ਼ਰ ਪੈਦਾ ਕੀਤੇ। ਕਵੀਸ਼ਰ ਨਿਰਮਲ ਸਿੰਘ ਜੀ ਚੋਹਲਾ ਸਾਹਿਬ, ਉਹਨਾਂ ਦੇ ਨਾਂ ਤੋਂ 1100 ਰੁਪਇਆ ਅਰਦਾਸ ਹੈ, ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਉਹ ਕਵੀਸ਼ਰ ਸੀ ਨਿਰਮਲ ਸਿੰਘ ਚੋਹਲੇ ਸਾਹਿਬ ਵਾਲਾ, ਜਿਹਨੇ ਜਾਗੋ ਗਾਈ ਅਤੇ ਜਿਹਦੀ ਜਾਗੋ ਅੱਜ ਬਹੁਤ ਸਾਰੇ ਕੌਮ ਦੇ ਢਾਡੀ ਕਵੀਸ਼ਰ ਗਾਉਂਦੇ ਨੇ। ਉਹਨੇ ਸ਼ਹਾਦਤ ਦਾ ਜਾਮ ਪੀਤਾ, ਉਹਦੇ ਸੁਪੁੱਤਰ ਨੇ ਦੋ, ਅੱਜ ਕੱਲ੍ਹ ਇੱਕ ਇੰਡੀਆ ਵਿੱਚ ਹੈ, ਇੱਕ ਅਮੈਰੀਕਾ ਵਿੱਚ ਆ ਅਤੇ ਇੱਕ ਇੰਗਲੈਂਡ ਵਿੱਚ ਆ। ਅਮੈਰੀਕਾ ਵਾਲਾ ਵੀਰ ਬਲਕਾਰ ਸਿੰਘ, ਉਹ ਹਰ ਸਾਲ ਆਪਣੇ ਪਿਤਾ ਦੀ ਬਰਸੀ ਮਨਾਉਣ ਵਾਸਤੇ ਅਮੈਰੀਕਾ ਵਿੱਚ ਆਉਂਦਾ। 27 ਅਕਤੂਬਰ ਨੂੰ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਯਾਦ ਵਿੱਚ ਜੋੜ ਮੇਲਾ ਕੀਤਾ ਜਾਂਦਾ। ਇਸੇ ਤਰ੍ਹਾਂ ਵੀਰ ਸਾਲ ਸਿੰਘ ਜੀ ਇੰਗਲੈਂਡ ਵਾਲੇ, ਜਿਹੜਾ ਵੀ ਜਥਾ ਇੰਗਲੈਂਡ ਵਿੱਚ ਜਾਵੇ ਉਹਨਾਂ ਨਾਲ ਉਹ ਅਥਾਹ ਪਿਆਰ ਮੋਹ ਮੁਹੱਬਤ ਕਰਦੇ ਨੇ, ਉਹ ਵੀ ਆਪਣੇ ਪਿਤਾ ਜੀ ਦੀ ਯਾਦ ਵਿੱਚ ਇੱਥੇ 27 ਅਕਤੂਬਰ ਤੋਂ ਬਾਅਦ ਜਿਹੜਾ ਨਵੰਬਰ ਦੇ ਮਹੀਨੇ ਵਿੱਚ ਪਹਿਲਾ ਐਤਵਾਰ ਆ ਜਾਏ, ਉਸ ਐਤਵਾਰ ਜਾਂ ਸ਼ਨੀਵਾਰ ਦੀ ਰਾਤ ਨੂੰ ਇੰਗਲੈਂਡ ਦੀ ਧਰਤੀ 'ਤੇ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਯਾਦ ਮਨਾਈ ਜਾਂਦੀ ਹੈ। ਸੋ ਅਤਿ ਧੰਨਵਾਦੀ ਹਾਂ ਭਾਈ ਸਾਹਿਬ ਹੋਣਾ ਦਾ, ਜਿਨ੍ਹਾਂ ਨੇ ਉਸ ਕੌਮ ਦੇ ਮਹਾਨ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਯਾਦ ਕੀਤਾ ਅਤੇ 1100 ਰੁਪਇਆ ਸਾਡੇ ਜਥੇ ਨੂੰ ਇਨਾਮ ਭੇਜਿਆ। ਮੇਰੇ ਬਹੁਤ ਹੀ ਪਿਆਰੇ ਵੀਰ ਮਨਰਾਜ ਸਿੰਘ ਜੀ, ਤੁਹਾਡੇ ਲਾਗੋ ਨਗਰ ਉੱਗੀ ਤੋਂ ਆਏ ਨੇ, ਥੋੜ੍ਹੇ ਦਿਨ ਹੋਏ ਉੱਥੇ ਸਮਾਗਮ 'ਤੇ ਆਏ ਸਾਂ। ਜਦੋਂ ਉਹਨਾਂ ਨੇ ਇਸ਼ਤਿਹਾਰ ਵੇਖਿਆ ਅਤੇ ਫੋਨ ਕੀਤਾ ਸੀ ਤੁਹਾਡਾ ਸਮਾਂ, ਮੈਂ ਕਿਹਾ ਸੀ 22 ਤਰੀਕ ਸ਼ਾਮ ਦਾ ਸਮਾਂ ਸਾਡਾ ਹੈ। ਸੋ ਉਹਨਾਂ ਦੇ ਨਾਲ ਉੱਥੋਂ ਦੇ ਹੈੱਡ ਗ੍ਰੰਥੀ, ਹੋਰ ਵੀ ਵੀਰ ਆਏ ਨੇ, ਮੈਂ ਸਾਰਿਆਂ ਨੂੰ ਆਪਣੇ ਜਥੇ ਵੱਲੋਂ ਜੀਓ ਆਇਆ ਆਖਦਾ। ਉੱਗੀ ਵਾਲੀ ਜਿੰਨੀ ਵੀ ਸੰਗਤ ਆਈ ਆ, ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ, ਉਹਨੇ ਆਖਿਆ ਸਰਦਾਰ ਰਣਜੀਤ ਸਿੰਘਾ ਤੈਨੂੰ ਮਾਣ ਹੋਏਗਾ ਤੋਪਖਾਨੇ 'ਤੇ, ਤੈਨੂੰ ਮਾਣ ਹੋਏਗਾ ਆਪਣੇ ਸਿਪਾਹੀਆਂ 'ਤੇ ਆਪਣੀਆਂ ਫੌਜਾਂ 'ਤੇ, ਲੇਕਿਨ ਮੈਨੂੰ ਮਾਣ ਹੈ ਕੀਤੀ ਹੋਈ ਅਰਦਾਸ 'ਤੇ। ਜਿਹੜੇ ਸੂਰਮੇ ਅਰਦਾਸਾਂ ਕਰ ਲੈਂਦੇ ਆ ਨਾ, ਉਹ ਫਿਰ ਕਦੇ ਪੈਰ ਪਿੱਛੇ ਨਹੀਂ ਪਰਤਾਉਂਦੇ। ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਇਸ ਪ੍ਰਸੰਗ ਦਾ ਰਿਜ਼ਲਟ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਹੈ। ਇਹ ਤਾਂ ਗੱਲ ਹੈ, ਕਾਫੀ ਲੰਬਾ ਸਮਾਂ ਹੋ ਗਿਆ, ਲਗਭਗ 200 ਸਾਲ ਦੇ ਕਰੀਬ, ਪਰ ਮੈਂ ਤੁਹਾਡੇ ਨਾਲ 55 ਕੁ ਸਾਲ ਦੀ ਇੱਕ ਗੱਲ ਕਰਨ ਲੱਗਾ, ਜਿਹੜੀ ਬਹੁਤ ਸਾਰੇ ਬਜ਼ੁਰਗ ਜਾਣਦੇ ਹੋਣਗੇ ਕਿ ਜਿਹੜੇ ਸਿੱਖ ਨੇ ਅਰਦਾਸ ਕੀਤੀ ਅਤੇ ਨੇਪਰੇ ਕਿਵੇਂ ਚਾੜੀ। ਜਿਸ ਵੇਲੇ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ ਸੀ ਅਤੇ ਸਾਡੇ ਬਹੁਤ ਸਾਰੇ ਲੀਡਰ ਜਿਹੜੇ ਸੀ ਉਹ ਕਹਿਣ ਲੱਗੇ, ਜੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਿਆ ਹੋਇਆ ਪੰਜਾਬ ਨੂੰ ਨਾਂ ਦਿੱਤਾ, ਜਿਹੜਾ ਪਾਣੀ ਸਾਡਾ ਨੁਕਸਾਨ ਕਰਦਾ ਹੈ ਦਰਿਆਵਾਂ ਦਾ, ਉਸ ਪਾਣੀਆਂ ਦਾ ਹੱਕ ਸਾਨੂੰ ਪੂਰਾ ਨਾ ਮਿਲਿਆ, ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਨਾਂ ਰਲਾਏ ਗਏ ਅਤੇ ਅਸੀਂ ਆਪਣੇ ਉੱਪਰ ਤੇਲ ਦੇ ਪੀਪੇ ਪਾ ਕੇ ਜਿਉਂਦੇ ਸੜ ਕੇ ਮਰ ਜਾਵਾਂਗੇ। ਤੁਹਾਡੀ ਕੌਮ ਦੇ ਲੀਡਰਾਂ ਨੇ ਕਸਮਾਂ ਖਾ ਲਈਆਂ, ਇੱਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ 'ਤੇ ਹਮਨ ਕੁੰਡ ਬਣਾ ਲਏ, ਤੇਲ ਦੇ ਪੀਪੇ ਮੰਗਾ ਲਏ ਕਿ ਜੇ ਸਰਕਾਰ ਨਾ ਮੰਨੀ ਤਾਂ ਤੇਲ ਪਾ ਕੇ ਜਿਉਂਦੇ ਸੜ ਕੇ ਮਰ ਜਾਣਾ। ਪਰ ਜਦੋਂ ਦਿਨ ਲਾਗੇ ਆਉਣ ਲੱਗੇ ਤਰੀਕ, ਇਹਨਾਂ ਦੀ ਸਰਕਾਰ ਨਾਲ ਗੱਲਬਾਤ ਹੋ ਗਈ ਅਤੇ ਫਿਰ ਮੁੱਕਰ ਗਏ, ਔਰ ਦੂਸਰੀ ਵਾਰੀ ਗੱਲਬਾਤ ਹੋਈ ਅਤੇ ਫਿਰ ਮੁੱਕਰ ਗਏ। ਅਤੇ ਸੋਚਿਆ ਫਿਰ ਤੁਹਾਡੀ ਕੌਮ ਦੇ ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਨੇ, ਉਹਨੇ ਆਖਿਆ ਜੇ ਇਹੀ ਗੱਲ ਹੁੰਦੀ ਰਹੀ ਸਾਡੇ ਆਉਣ ਵਾਲੇ ਨੌਜਵਾਨ ਕਹਿਣਗੇ ਕਿ ਹੋ ਸਕਦਾ ਇਹਨਾਂ ਦੇ ਪਹਿਲੇ ਸਿੱਖ ਵੀ ਇਸੇ ਤਰ੍ਹਾਂ ਕਰਦੇ ਹੋਣ। ਫਿਰ ਦਰਸ਼ਨ ਸਿੰਘ ਫੇਰੂ ਮਾਨ ਨੇ ਆਖਿਆ ਮੈਂ ਅਰਦਾਸ ਕਰਾਂਗਾ
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਅੰਮ੍ਰਿਤ ਸਰੋਵਰ ਵਿੱਚੋਂ ਕਰਕੇ ਇਸ਼ਨਾਨ 15 ਅਗਸਤ 1969 ਨੂੰ ਉਹਨੇ ਆਖਿਆ ਮੈਂ ਪੋਖੜਤਾਲ 'ਤੇ ਬੈਠਾਂਗਾ। ਜਦੋਂ ਪਤਾ ਲੱਗਾ ਕੱਚੇ ਲੀਡਰਾਂ ਨੂੰ, ਗਦਾਰ ਲੀਡਰਾਂ ਨੂੰ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨਾਲ ਗੱਲ ਕੀਤੀ ਕਿ ਹੁਣ ਤੇਰੀ ਜ਼ਿੰਮੇਵਾਰੀ ਬਣਦੀ ਆ, ਦਰਸ਼ਨ ਸਿੰਘ ਫੇਰੂਮਾਨ ਅੰਮ੍ਰਿਤਸਰ ਨਹੀਂ ਆਉਣਾ ਚਾਹੀਦਾ। ਉਹਨੇ ਅੰਮ੍ਰਿਤਸਰ ਦਾ ਇਲਾਕਾ ਸੀਲ ਕਰਾ ਦਿੱਤਾ, ਨਹੀਂ ਆਉਣ ਦਿੱਤਾ ਅੰਮ੍ਰਿਤਸਰ ਸਾਹਿਬ ਦਰਸ਼ਨ ਸਿੰਘ ਫੇਰੂਮਾਨ ਨੂੰ। ਫਿਰ ਦਰਸ਼ਨ ਸਿੰਘ ਫੇਰੂਮਾਨ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਜਾ ਕੇ ਉਸ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਰਈਏ ਮੰਡੀ ਵਿੱਚ ਇੱਕ ਵੱਡਾ ਇਕੱਠ ਕਰਕੇ 15 ਅਗਸਤ 1969 ਨੂੰ ਪੋਖੜਤਾਲ 'ਤੇ ਬੈਠ ਗਿਆ ਕੌਮ ਦਾ ਜਥੇਦਾਰ। ਫਿਰ ਜਦੋਂ ਸਿਹਤ ਢਿੱਲੀ ਹੋਈ, ਸਰਕਾਰ ਨੇ ਫੜ ਕੇ ਪਟਿਆਲੇ ਰਜਿੰਦਰਾ ਹਸਪੀਟਲ ਵਿੱਚ ਦਾਖਲ ਕਰਾ ਦਿੱਤਾ। ਬਹੁਤ ਸਾਰੇ ਗਦਾਰ ਲੀਡਰ ਮਿਲਣ ਵਾਸਤੇ ਗਏ, ਕਹਿੰਦੇ ਜਥੇਦਾਰ ਸਰਕਾਰ ਨਹੀਂ ਮੰਨਦੀ ਹੁੰਦੀ, ਜਿੱਦ ਛੱਡਦੇ ਜਾਨ ਨਾ ਗਵਾਈ। ਅਤੇ ਜਥੇਦਾਰ ਨੇ ਜਵਾਬ ਦਿੱਤਾ ਸੀ, ਉਹਨੇ ਆਖਿਆ ਓਏ ਉਮਰ ਤੁਹਾਡੀ ਵੀ ਟਿਕਾਣੇ ਲੱਗੀ ਆ ਅਤੇ ਮੇਰੀ ਵੀ, ਹੋਰ ਵੀ 2-4 ਸਾਲਾਂ ਨੂੰ ਮਾਰੀ ਜਾਣਾ, ਘਰਦਿਆਂ ਨੇ 1 ਕੁਇੰਟਲ 1.5 ਕੁਇੰਟਲ ਚਰਬੀ ਅਤੇ ਹੱਡੀਆਂ ਸਾੜ ਕੇ ਸਵਾਹ ਕਰ ਦੇਣੀਆਂ, ਪਰ ਕਿਸੇ ਕੰਮ ਨਹੀਂ ਲਿਆਉਣੀਆਂ। ਜੇ ਕਿਤੇ ਧਰਮ ਦੀ ਖਾਤਰ ਡਟ ਜਾਓ, ਲੋਕ ਵਾਰਾਂ ਗਾਉਣਗੇ। ਇੱਥੋਂ ਤੱਕ ਜਦੋਂ ਇਹਨਾਂ ਦੀ ਨਾ ਮੰਨੀ, ਇਹਨਾਂ ਨੇ ਫਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਭੇਜਿਆ। ਗਿਆਨੀ ਭੁਪਿੰਦਰ ਸਿੰਘ ਗਿਆ, ਕਹਿੰਦਾ ਜਥੇਦਾਰਾ ਛੱਡਦੇ ਸਰਕਾਰ ਨਹੀਂ ਮੰਨਦੀ ਹੁੰਦੀ। ਇਹ ਦਰਸ਼ਨ ਸਿੰਘ ਫੇਰੂਮਾਨ ਨੇ ਆਖਿਆ ਗਿਆਨੀ ਜੀ, ਦੂਜਿਆਂ ਬੰਦਿਆਂ 'ਤੇ ਮੈਨੂੰ ਇਤਰਾਜ਼ ਨਹੀਂ ਸੀ, ਉਹ ਕੌਮ ਦੇ ਲੀਡਰ ਸੀ ਅਤੇ ਲੀਡਰਾਂ ਦਾ ਬਹੁਤਾ ਇਤਬਾਰ ਨਹੀਂ ਹੁੰਦਾ, ਤੁਸੀਂ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋ, ਤੁਹਾਨੂੰ ਤੇ ਪਤਾ ਹੋਣਾ ਚਾਹੀਦਾ ਅਰਦਾਸ ਦੀ ਮਹਾਨਤਾ ਕੀ ਹੁੰਦੀ ਹੈ। ਮੈਂ ਅਰਦਾਸ ਕੀਤੀ ਹੈ, ਹੁਣ ਸਗੋਂ ਮੇਰੇ ਹੱਕ ਵਿੱਚ ਅਰਦਾਸ ਕਰੋ ਕਿ ਸਰਕਾਰ ਗੱਲ ਮਾਨੀ ਨਾ ਜਾਵੇ, ਮੈਂ ਸ਼ਹੀਦੀ ਦਾ ਜਾਮ ਜ਼ਰੂਰ ਪੀ ਜਾਵਾਂ। ਉਹੀ ਗੱਲ ਹੋਈ, ਸਰਕਾਰ ਨਾ ਮੰਨੀ, ਫਿਰ 27 ਅਕਤੂਬਰ 1969 ਨੂੰ 74 ਦਿਨ ਦੀ ਪੋਖੜਤਾਲ ਕੱਟ ਕੇ ਅਤੇ ਕੌਮ ਦਾ ਜਥੇਦਾਰ ਸ਼ਹਾਦਤ ਦਾ ਜਾਮ ਪੀ ਗਿਆ। ਇਹ ਹੁੰਦੇ ਆ ਕੌਮ ਦੇ ਜਥੇਦਾਰ ਜਿਨ੍ਹਾਂ ਨੇ ਕੀਤੀ ਹੋਵੇ ਅਰਦਾਸ, ਉਸ ਅਰਦਾਸ ਨੂੰ ਨੇਪਰੇ ਚਾੜ ਦਿੰਦੇ ਨੇ। ਅਕਾਲੀ ਫੂਲਾ ਸਿੰਘ ਨੇ ਆਖਿਆ ਸ਼ੇਰੇ ਪੰਜਾਬ ਪਾਸੇ ਹਟ ਜਾ, ਪਾਸੇ ਹਟ ਗਿਆ ਕੌਮ ਦਾ ਬਾਦਸ਼ਾਹ। ਅਕਾਲੀ ਫੂਲਾ ਸਿੰਘ ਨੇ ਆਪਣੀ ਕੌਮ ਦੇ ਸੂਰਬੀਰ ਬਹਾਦਰ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ, ਜਦੋਂ ਕੀਤਾ ਹਮਲਾ ਅਕਾਲੀ ਫੂਲਾ ਸਿੰਘ ਸਾਹਿਬ ਦੇ ਸਿਪਾਹੀਆਂ ਨੇ ਵੈਰੀ ਦੇ ਪੈਰ ਉਖੜ ਗਏ। ਦੇਸਾ ਸਿੰਘ ਮਜੀਠੀਆ ਨੇ ਆਖਿਆ ਕਿ ਹੁਣ ਕੀ ਕਰਨਾ ਚਾਹੀਦਾ ਕੌਮ ਦੇ ਬਾਦਸ਼ਾਹ ਸਾਨੂੰ। ਸਰਦਾਰ ਰਣਜੀਤ ਸਿੰਘ ਨੇ ਆਖਿਆ ਜੀ ਆਪਣਾ ਭਰਾ ਮਾਰਿਆ ਗਿਆ, ਸ਼ਹੀਦ ਹੋ ਗਿਆ, ਲੋਕ ਤਾਨੇ ਮਿਹਣੇ ਦੇਣਗੇ। ਫਿਰ ਦੇਸਾ ਸਿੰਘ ਮਜੀਠੀਆ, ਫਤਿਹ ਸਿੰਘ ਆਹਲੂਵਾਲੀਆ, ਰਤਨ ਸਿੰਘ ਰਜਾਠੀਆ ਆਪਣੀਆਂ ਫੌਜਾਂ ਲੈ ਕੇ ਤੁਰ ਪਏ ਅਤੇ ਮਗਰੇ ਸ਼ੇਰੇ ਪੰਜਾਬ ਵੀ ਤੁਰ ਪਿਆ। ਫਿਰ ਅਕਾਲੀ ਫੂਲਾ ਸਿੰਘ ਸਾਹਿਬ ਟਰਕੀ ਪਹਾੜੀ ਵੱਲ ਨੂੰ ਕਿਵੇਂ ਚੜਿਆ, ਅੱਧ ਵਿੱਚ ਜਾਂਦਿਆਂ 2 ਗੋਲੀਆਂ ਦੇ ਗੋਡੇ ਵਿੱਚ ਵੱਜੀਆਂ, ਉਹ ਗੋਲੀਆਂ ਘੋੜੇ ਦੇ ਵੱਜ ਗਈਆਂ, ਘੋੜਾ ਮਾਰਿਆ ਗਿਆ। ਫਿਰ ਘੋੜੇ ਤੋਂ ਉਤਰ ਕੇ ਕੌਮ ਦਾ ਜਥੇਦਾਰ ਹੋਇਆ ਹਾਥੀ ਤੇ ਸਵਾਰ, ਫਿਰ ਤੀਰ ਚਲਾਉਂਦਾ ਹੋਇਆ, ਗੋਲੀਆਂ ਚਲਾਉਂਦਾ ਹੋਇਆ, ਤਲਵਾਰ ਚਲਾਉਂਦਾ ਹੋਇਆ ਇਸ ਟਰਕੀ ਪਹਾੜੀ ਦੇ ਸਿਰੇ ਤੱਕ ਕਿਵੇਂ ਪਹੁੰਚਿਆ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਹੈ, ਸੁਣੋ ਮੇਰੇ ਸਾਥੀ ਬਿਆਨ ਕਰਨ ਲੱਗੇ ਨੇ। ਕੱਟ ਮਰਦ ਮਦਾਨੇ ਮਰਿਆ ਨੀ, ਪੈਰ ਪਿਛੇ ਪਰਤਾਇਆ ਫੂਲਾ ਸਿੰਘ ਨੇ। ਤੱਕ ਪਹਾੜ ਸਾਹਮਣੇ ਟਰਕੀ, ਜਿਸੇ ਉੱਪਰ ਦੁਸ਼ਮਣ ਡਟਿਆ, ਸੀਮਾ ਸਰਾਸਰ ਦਿਸਦੀ ਪਰ ਮਰਦ ਪਛਾਣੇ ਹਟਿਆ। ਹੋ ਡਿੱਗਿਆ ਪੁਰਜਾ ਪੁਰਜਾ ਪਰ ਬਚਨਾ ਤੋੜ ਚੜਾਇਆ ਫੂਲਾ ਸਿੰਘ ਨੇ। ਕੱਟ ਮਰਦ ਮਦਾਨੇ ਮਰਿਆ ਨਹੀਂ, ਪੈਰ ਪਿਛੇ ਪਰਤਾਇਆ ਫੂਲਾ ਸਿੰਘ ਨੇ। ਦੁਸ਼ਮਣ ਦੀ ਵਰਦੀ ਗੋਲੀ ਉਸ ਛਾਤੀ ਉੱਪਰ ਰੋਕੀ, ਇੱਕ ਅਣਖ ਵੀ ਆਵਣ ਬਦਲੇ ਉਸ ਜ਼ਿੰਦਗੀ ਦਾ ਤੇ ਚੌਕੀ। ਹੱਡੀਆਂ ਅਰਪਣ ਕੀਤਾ
ਵੀ ਭੇੜ ਚੜਾਇਆ ਫੁੱਲਾ ਸਿੰਘ ਨੇ, ਬਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪਰਤਾਇਆ ਫੁੱਲਾ ਸਿੰਘ ਨੇ। ਜੋ ਪ੍ਰੇਮ ਰੰਗਣ ਵਿੱਚ ਰੰਗੇ ਕਰਦੇ ਪਰਵਾਨੀ ਜਿੰਦ ਦੀ, ਰੱਖ ਸਿਰ ਤਲੀਆਂ ਤੇ ਲੜਦੇ ਵੱਲ ਫੇਰ ਨਾ ਜਾਣਨ ਬਿੰਦ ਦੀ। ਯੋਧਿਆਂ ਨੂੰ ਰੂਹ ਘਾਟ ਬਣਾ ਜਿਹੜਾ ਇਤਿਹਾਸ ਬਣਾਇਆ ਫੁੱਲਾ ਸਿੰਘ ਨੇ, ਘੱਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪਰਤਾਇਆ ਫੁੱਲਾ ਸਿੰਘ ਨੇ। ਖਤਰਾ ਜਿੰਦ ਨੂੰ ਸਮਝਣਾ ਨਾ ਖਤਰਾ ਜਿੰਦ ਨੂੰ ਸਮਝਣ, ਜੋ ਮਾਤ ਰਜਾਵਣ ਜਾਣਣ ਉਹਨਾਂ ਦੇ ਲਹੂ ਦੀਆਂ ਲੋਆ ਜਗਤ ਨੂੰ ਬਖਸ਼ਣ ਚਾਨਣ। ਸਿੱਖੀ ਨੂੰ ਸਿੱਧਾ ਬਖਸ਼ੂ ਜਿਹੜਾ ਇਹ ਧਰਮ ਕਮਾਇਆ ਫੁੱਲਾ ਸਿੰਘ ਨੇ, ਘੱਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪਰਤਾਇਆ ਫੁੱਲਾ ਸਿੰਘ ਨੇ। ਇਹੋ ਜਿਹੇ ਮਰਦ ਬਹਾਦਰ ਨਿਤ ਨਿਤ ਨੀ ਜਗ ਤੇ ਆਉਂਦੇ, ਮੜੀਆਂ ਨੂੰ ਪੂਜਣ ਲੋਕੀ ਜਸ ਮਰਦ ਸਭਾ ਵਿੱਚ ਗਾਉਂਦੇ। ਸਤਿਗੁਰ ਦਾਸ ਜਕੀਨੀ ਕੁੱਲ ਆਲਮ ਨੂੰ ਸਮਝਾਇਆ ਫੁੱਲਾ ਸਿੰਘ ਨੇ, ਘੱਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪਰਤਾਇਆ ਫੁੱਲਾ ਸਿੰਘ ਨੇ। ਅੰਦਰ ਉਹਦੀ ਮੌਤ ਨੇ ਲਾਂਬੂ ਲਾਏ, ਉਹਨਾਂ ਵਾਰ ਤਰੀ ਤਲਵਾਰੀ ਖੂਨੀ ਦਰਿਆ ਵਗਾਏ। ਮਹਾਰਾਜਾ ਤਾਂ ਹੀ ਹੋਇਆ ਐਸਾ ਰੰਗ ਪ੍ਰੇਮ ਚੜਾਇਆ ਫੁੱਲਾ ਸਿੰਘ ਨੇ, ਕਦ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪਰਤਾਇਆ ਫੁੱਲਾ ਸਿੰਘ ਨੇ। ਅਰਜਣ ਤੇ ਭੀਸ਼ਮ ਭੀਮੇ, ਅਰਜਣ ਤੇ ਭੀਸ਼ਮ ਭੀਮੇ ਕੀ ਕਰਨ ਕਰਨੀਆਂ ਰੀਸਾਂ, ਉਹਨਾਂ ਲਈ ਸ਼ਹਾਦਤ ਡਿਗਰੀ ਸਿਰ ਧੜਦੀਆਂ ਦੇ ਕੇ ਫੀਸਾਂ। ਦੁਸ਼ਮਣ ਦੀ ਛਾਤੀ ਉੱਤੇ ਇੱਕ ਐਸਾ ਰੋਪ ਜਮਾਇਆ ਫੁੱਲਾ ਸਿੰਘ ਨੇ, ਕੱਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪਰਤਾਇਆ ਫੁੱਲਾ ਸਿੰਘ ਨੇ। ਮਰਦ ਸ਼ੇਰ ਦਾ ਚੇਲਾ ਰਣ ਬਚਨ ਪਕਾ ਗਿਆ ਦੁੱਲਾ, ਥਮ ਸਿੱਖ ਰਾਜ ਦਾ ਡਿੱਗਾ ਨਹੀਂ ਲੱਭਣਾ ਮੁੜ ਸਿੰਘ ਫੁੱਲਾ। ਸਿੱਖ ਰਾਜ ਦੀ ਜਿੱਤ ਦਾ ਡੈਂਕਾ ਬੈਂਕਾ ਸਿਰ ਲਾ ਖੜਕਾਇਆ ਫੁੱਲਾ ਸਿੰਘ ਨੇ, ਘੱਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਿਛੇ ਪੁਰਤਾਇਆ ਫੁੱਲਾ ਸਿੰਘ ਨੇ। ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਟਰਕੀ ਪਹਾੜੀ ਦੇ ਸਿਰੇ ਤੇ ਪਹੁੰਚ ਗਿਆ। ਇੰਨੇ ਚਿਰ ਨੂੰ ਕਿਸੇ ਵਿਰੋਧੀ ਦੀਆਂ ਚਾਰ ਗੋਲੀਆਂ ਇਕੱਠੀਆਂ ਆਣ ਕੇ ਛਾਤੀ ਵਿੱਚ ਵੱਜ ਗਈਆਂ। ਫਿਰ ਕੌਮ ਦਾ ਜਥੇਦਾਰ ਸ਼ਹਾਦਤ ਦਾ ਜਾਮ ਪੀ ਗਿਆ। ਲੇਕਿਨ ਇੰਨੇ ਚਿਰ ਤੱਕ ਟਰਕੀ ਪਹਾੜੀ ਤੇ ਤੁਹਾਡਾ ਕੌਮੀ ਨਿਸ਼ਾਨ ਸਾਹਿਬ ਕੌਮ ਦੇ ਜਥੇਦਾਰ ਨੇ ਚਲਾ ਦਿੱਤਾ। ਵੈਰੀ ਦੀਆਂ ਫੌਜਾਂ ਦੌੜ ਗਈਆਂ, ਉਹਨਾਂ ਨੇ ਮੁਹੰਮਦ ਅਜ਼ੀਮ ਖਾਨ ਨੂੰ ਲੁੰਡੇ ਦਰਿਆ ਵਾਲੇ ਪਾਸੇ ਜਾ ਦੱਸਿਆ ਕਿ ਸਿੱਖ ਕੌਮ ਜਿਹੜੀ ਉਹ ਜਿੱਤ ਗਈ ਹੈ, ਟਰਕੀ ਪਹਾੜੀ ਤੇ ਪਹੁੰਚ ਗਈ ਹੈ। ਇਹ ਮੁਹੰਮਦ ਅਜ਼ੀਮ ਖਾਂ ਹਰੀ ਸਿੰਘ ਨਰੂਏ ਦੇ ਸਾਹਮਣੇ ਜੰਗ ਲੜਦਾ ਹੋਇਆ ਡਰਦਾ ਹੋਇਆ ਵਿੱਚੋਂ ਭੱਜ ਗਿਆ, ਲੇਕਿਨ ਕਾਬਲ ਨਾ ਪਹੁੰਚ ਸਕਿਆ। ਤੁਹਾਡੇ ਵੱਡਿਆਂ ਦਾ ਇੰਨਾ ਯਵਾ ਸੀ, ਇਹਨੂੰ ਰਾਹ ਵਿੱਚ ਹਾਰਟ ਅਟੈਕ ਹੋਇਆ ਤੇ ਰਾਹ ਵਿੱਚ ਇਹਦੀ ਮੌਤ ਹੋ ਗਈ। 14 ਮਾਰਚ 1823 ਨੂੰ ਕੌਮ ਦਾ ਜਥੇਦਾਰ ਸ਼ਹੀਦ ਹੋ ਗਿਆ। ਜਦੋਂ ਪਤਾ ਲੱਗਾ ਸਰਦਾਰ ਰਣਜੀਤ ਸਿੰਘ ਸਾਹਿਬ ਨੂੰ, ਪਹੁੰਚ ਗਿਆ ਕੋਲ, ਰੋ ਰੋ ਕੇ ਅਕਾਲੀ ਜੀ ਦੇ ਚਰਨ ਧੋ ਦਿੱਤੇ। ਜਦੋਂ ਪਤਾ ਹਰੀ ਸਿੰਘ ਨਲੂਏ ਨੂੰ ਲੱਗਾ, ਬੜਾ ਦੁੱਖ ਮਹਿਸੂਸ ਕੀਤਾ ਹਰੀ ਸਿੰਘ ਨਲੂਏ ਨੇ ਅਕਾਲੀ ਫੂਲਾ ਸਿੰਘ ਸਾਹਿਬ ਦੀ ਮੌਤ ਦਾ,
ਫਿਰ 15 ਮਾਰਚ 1823 ਨੂੰ ਲੁੰਡੇ ਦਰਿਆ ਦੇ ਕੰਢੇ ਤੇ ਸਰਕਾਰੀ ਸਨਮਾਨਾਂ ਦੇ ਨਾਲ ਇਹਦਾ ਸੰਸਕਾਰ ਕੀਤਾ ਗਿਆ। ਅੱਜ ਵੀ ਉਹਨਾਂ ਦੀ ਯਾਦਗਾਰ ਉੱਥੇ ਬਣੀ ਹੋਈ ਹੈ। ਇਹ ਸੀ ਕੌਮ ਦੇ ਮਹਾਨ ਸੂਰਬੀਰ ਜਥੇਦਾਰ ਦਾ ਸ਼ਹੀਦੀ ਇਤਿਹਾਸ, ਕਿਉਂਕਿ ਤੁਸੀਂ ਸ਼ਹੀਦਾਂ ਦਾ ਦਿਹਾੜਾ ਔਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਗੁਰਮਤ ਸਮਾਗਮ ਕਰਦੇ ਹੋ। ਸੋ ਮਨ ਬਣਿਆ ਸੀ ਕੌਮ ਦੇ ਵੱਡੇ ਸ਼ਹੀਦ, ਕੌਮ ਦੇ ਜਥੇਦਾਰ ਦਾ ਇਤਿਹਾਸ ਤੁਹਾਡੇ ਸਾਹਮਣੇ ਕਹਿ ਸਕੀਏ। ਮੇਰੇ ਵੀਰ ਮਹਾਰਾਜ ਸਿੰਘ ਹੁਣਾਂ ਨੇ ਇੱਕ ਹੁਕਮ ਲਾਇਆ ਸੀ, ਲੇਕਿਨ ਉਹ ਹੁਕਮ ਅੱਜ ਇਹਨੇ ਪੂਰਾ ਨਹੀਂ ਕੀਤਾ ਜਾਣਾ। ਫਿਰ ਜਦੋਂ ਕਿਤੇ ਇਲਾਕੇ ਵਿੱਚ ਆਏ ਤੇ ਉਹ ਜ਼ਰੂਰ ਇਹਨਾਂ ਦਾ ਹੁਕਮ ਵਜਾ ਦੇਵਾਂਗੇ। ਸੋ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾ ਚੁੱਕਿਆ, ਸਮੁੱਚੀ ਸਾਧ ਸੰਗਤ ਦਾ ਅਤੀ ਧੰਨਵਾਦੀਆਂ, ਲਾਈ ਵਾਲੇ ਵੀਰ ਉਹਨਾਂ ਦਾ ਅਤੀ ਧੰਨਵਾਦੀਆਂ, ਸਾਊਂਡ ਵਾਲੇ ਵੀਰ ਉਹਨਾਂ ਦਾ ਵੀ ਅਤੀ ਧੰਨਵਾਦੀਆਂ, ਇੱਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ, ਭਾਈ ਤਰਸੇਮ ਸਿੰਘ ਹੋਣਾਂ ਦਾ, ਡਾਕਟਰ ਅਵਤਾਰ ਸਿੰਘ ਹੋਣਾਂ ਦਾ, ਭਾਈ ਪਰਮਜੀਤ ਸਿੰਘ ਹੋਣਾਂ ਦਾ, ਸਾਰਿਆਂ ਦਾ ਅਤੀ ਧੰਨਵਾਦੀਆਂ। ਅਤੇ ਸਭ ਤੋਂ ਜ਼ਿਆਦਾ ਧੰਨਵਾਦੀਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਹੜੇ ਸਿਰ 'ਤੇ ਹੱਥ ਰੱਖ ਕੇ ਆਪ ਇਤਿਹਾਸ ਸਾਡੇ ਕੋਲੋਂ ਕਹਾ ਲੈਂਦੇ ਨੇ। ਮੇਰੇ ਤੋਂ ਬਾਅਦ ਮੇਰੀ ਕੌਮ ਦਾ ਬਹੁਤ ਹੀ ਸਤਿਕਾਰਿਆ ਹੋਇਆ ਢਾਡੀ ਜਥਾ, ਔਰ ਮੇਰੇ ਗਵਾਂਢੀ ਨਗਰ ਤੋਂ ਹੈ ਗਿਆਨੀ ਬਲਬੀਰ ਸਿੰਘ ਜੀ ਪਾਰਸ, ਇਹਨਾਂ ਦੇ ਪਰਿਵਾਰ ਅਤੇ ਪਰਮਾਤਮਾ ਬਹੁਤਾ ਹੀ ਖੁਸ਼ ਆ। ਮੇਰਾ ਖਿਆਲ 8-9 ਜੀ ਇਹਨਾਂ ਦੇ ਪਰਿਵਾਰ ਦੇ ਗੁਰਮਤ ਸਮਾਗਮ ਜਿਹੜੇ ਕਰਦੇ ਨੇ, ਉਹ ਧਰਮ ਦਾ ਪ੍ਰਚਾਰ ਕਰਦੇ ਨੇ। ਸੋ ਮੇਰੀ ਦਿਲੀ ਅਰਦਾਸ ਹੈ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਦਾ ਰਹੀਂ। ਉਹਨਾਂ ਦੇ ਸਾਰੇ ਜਥੇ ਵੱਲੋਂ ਮਾਇਆ ਆਈ ਹੈ। ਮੈਂ ਸਾਰੇ ਮਾਇਕ ਸਹਾਇਕ ਸੱਜਣਾਂ ਦਾ ਅਤੀ ਧੰਨਵਾਦੀ ਹਾਂ। ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਣਾ ਹੈ। ਕਿਸੇ ਵੀਰ ਨੂੰ ਸਾਡੇ ਜਥੇ ਦਾ ਛਪਿਆ ਹੋਇਆ ਐਡਰੈਸ ਚਾਹੀਦਾ ਹੋਵੇ ਤਾਂ ਲੈ ਸਕਦੇ, ਜਦੋਂ ਯਾਦ ਕਰੋਗੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਆਓ ਸਾਡੇ ਨਾਲ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।